ਜੀ ਆਇਆਂ ਨੂੰ ਦੋਸਤੋ, ਪੰਜਾਬੀ ਮੰਚ ਲਾਈਵ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਸਾਡਾ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਦਾ ਪ੍ਰੋਗਰਾਮ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ, ਅਸੀਂ ਇੱਕ ਹਫ਼ਤਾ ਛੱਡ ਕੇ ਪ੍ਰੋਗਰਾਮ ਕਵੀ ਦਰਬਾਰ ਦਾ ਕਰਦੇ ਹਾਂ। ਇੱਕ ਹਫ਼ਤਾ ਗੋਸ਼ਟੀ ਦਾ ਹੁੰਦਾ ਅਤੇ ਉਸ ਤੋਂ ਬਾਅਦ ਕਵੀ ਦਰਬਾਰ ਦਾ। ਇਹ ਸਾਡਾ ਹਫ਼ਤਾ ਕਵੀ ਦਰਬਾਰ ਦਾ ਹੈ। ਅਸੀਂ ਇਹਦੇ ਵਿੱਚ ਕੁਛ ਸੱਜਣਾਂ ਵੱਲੋਂ ਸਿਫਾਰਿਸ਼ ਆਈ ਹੈ ਮੈਨੂੰ ਕਿ ਕਦੇ ਕਦੇ ਕੋਈ ਕਹਾਣੀ ਦਾ ਪ੍ਰੋਗਰਾਮ ਵੀ ਕਰਿਆ ਕਰੀਏ, ਅਤੇ ਮੈਂ ਉਹਨਾਂ ਦੀ ਸਿਫਾਰਿਸ਼ ਮੰਨ ਕੇ ਇੱਕ ਕਹਾਣੀ ਅੱਜ ਕੱਢੀ ਹੈ। ਬਹੁਤ ਲੰਬੀ ਤਾਂ ਨਹੀਂ ਹੈ ਕਹਾਣੀ ਨੂੰ, ਬੇਸ਼ੱਕ ਆਪਾਂ ਨਿੱਕੀ ਕਹਾਣੀ ਕਹਿੰਦੇ ਹਾਂ ਪਰ ਕਈ ਵਾਰ ਕਹਾਣੀਆਂ ਲੰਬੀਆਂ ਹੋ ਜਾਂਦੀਆਂ, ਅਤੇ ਬਹੁਤ ਲੰਬੀ ਤਾਂ ਨਹੀਂ ਹੈ ਪਰ ਫਿਰ ਵੀ ਕਵਿਤਾ ਨਾਲੋਂ ਤਾਂ ਲੰਬੀ ਹੋ ਜਾਂਦੀ ਨਾ। ਅਤੇ ਮੈਂ ਅਖੀਰ ਦੇ ਵਿੱਚ ਹੀ ਪੜ੍ਹਾਂਗਾ ਤਾਂ ਕਿ ਸਾਰਿਆਂ ਨੂੰ ਪਹਿਲਾਂ ਟਾਈਮ ਮਿਲ ਜਾਵੇ ਅਤੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕੀਤੀ ਜਾਊਗੀ। ਇਹ ਕਹਾਣੀ ਮੈਂ ਕਾਫੀ ਸਾਲ ਪਹਿਲਾਂ ਲਿਖੀ ਸੀ, ਮੇਰੇ ਆਉਣ ਵਾਲੀ ਜਿਹੜੀ ਕਿਤਾਬ ਹੈ ਜਿਹੜੀ ਕਿ ਇਸ ਸਾਲ ਦੇ ਅਖੀਰ ਤੋਂ ਪਹਿਲਾਂ ਪਹਿਲਾਂ ਮੇਰਾ ਖਿਆਲ ਛਪ ਜਾਏਗੀ, ਕਹਾਣੀ ਸੰਗ੍ਰਹਿ ਮੇਰਾ ਤੀਜਾ ਕਹਾਣੀ ਸੰਗ੍ਰਹਿ ਹੋਣਾ ਹੈ, ਉਹਦੇ ਵਿੱਚ ਇਹ ਕਹਾਣੀ ਸ਼ਾਮਿਲ ਹੈ ਅਤੇ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗਾ। ਅਤੇ ਹੁਣ ਰਾਮਾ ਮੰਡੀ ਦੇ ਵਿੱਚ ਸਾਡੇ ਪੰਜਾਬੀ ਸਾਧ ਸਭਾ ਰਾਮਾ ਮੰਡੀ ਦੇ ਸਾਥੀ ਡਾਕਟਰ ਚਰਨਜੀਤ ਚੰਦ, ਜਿਹੜੇ ਕਿ ਪੰਜਾਬੀ ਸਾਧ ਸਭਾ ਰਾਮਾ ਮੰਡੀ ਦੇ ਜਨਰਲ ਸਕੱਤਰ ਨੇ, ਉਹ ਹਾਜ਼ਰ ਨੇ, ਅਤੇ ਉਹਨਾਂ ਦੇ ਪ੍ਰਧਾਨ ਗੁਰਮੀਤ ਸਿੰਘ ਸਵਾਮੀ ਹਾਜ਼ਰ ਨੇ, ਸੋਨੂੰ ਜੀ ਵੀ ਹਾਜ਼ਰ ਨੇ, ਅਤੇ ਮਲਕੀਤ ਮਲਕਾਣਾ ਜੀ ਵੀ ਚੱਲੇ ਹੋਏ ਨੇ, ਅਤੇ ਬਾਕੀ ਸਾਡੇ ਨਾਲ ਅੱਜ ਰਾਜ ਗੁਰਮੀਤ ਨੇ ਹਰਿਆਣਾ ਤੋਂ ਸ਼ਾਮਿਲ ਹੋਣਾ ਸੀ, ਅਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਫੇਸਬੁੱਕ 'ਤੇ, ਮੈਂ ਮੈਸੇਜ ਉਹਨਾਂ ਦਾ ਦੇਖ ਰਿਹਾ, ਅਤੇ ਵੀਡੀਓ ਚੈਟਿੰਗ ਮੈਂ ਉਹਨਾਂ ਦੀ ਸਟਾਰਟ ਕਰਵਾ ਦਿੱਤੀ ਸੀ ਪਿਛਲੇ ਹਫ਼ਤੇ, ਅਸੀਂ ਥੋੜ੍ਹਾ ਜਿਹਾ ਟੈਸਟ ਵੀ ਕਰ ਲਿਆ ਸੀ, ਉਹ ਦਿੱਲੀ ਜਾ ਰਹੇ ਨੇ, ਅਤੇ ਹੋ ਸਕਦਾ ਕਹਿੰਦੇ ਮੈਂ ਦਿੱਲੀ ਜਾ ਕੇ ਤੁਹਾਡੇ ਨਾਲ ਕੰਟੈਕਟ ਕਰਾਂ, ਅਤੇ ਚਲੋ ਠੀਕ ਹੈ। ਅਤੇ ਬਾਕੀ ਜੇ ਉਹਨਾਂ ਦਾ ਆ ਗਿਆ ਤਾਂ ਫਿਰ ਉਹਨਾਂ ਨੂੰ ਅਸੀਂ ਦਿੱਲੀ ਤੋਂ ਲੈ ਲਵਾਂਗੇ, ਕਹਿੰਦੇ ਉੱਥੇ ਉਹਨਾਂ ਦੇ ਜਿੱਥੇ ਉਹ ਜਾ ਰਹੇ ਨੇ ਉੱਥੇ 3G ਨੈੱਟਵਰਕ ਉੱਥੇ ਹੈਗਾ ਉਹਨਾਂ ਦੇ, ਉਹਨਾਂ ਦਾ ਮੈਸੇਜ ਹੁਣੇ ਹੁਣੇ ਮੈਂ ਪੜ੍ਹ ਰਿਹਾ। ਅਤੇ ਬਾਕੀ ਹੁਣ ਟਾਈਮ ਸਾਡਾ ਹੋ ਚੁੱਕਾ, ਅਤੇ ਮੈਂ ਆਪਣੇ ਪੰਜਾਬੀ ਸਾਧ ਸਭਾ ਰਾਮਾ ਮੰਡੀ ਦੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਮਾਈਕ ਹੁਣ ਤੁਹਾਡੇ ਵੱਲ ਹੈ, ਅਤੇ ਤੁਸੀਂ ਕਵੀ ਦਰਬਾਰ ਦੀ ਸ਼ੁਰੂਆਤ ਇੱਧਰੋਂ ਕਰਨੀ ਹੈ, ਅਤੇ ਮੈਂ ਇਸ ਕਵੀ ਦਰਬਾਰ ਦੇ ਵਿੱਚ ਅਖੀਰ 'ਤੇ ਜਾ ਕੇ ਸਭ ਤੋਂ ਆਖਰ 'ਚ ਇੱਕ ਤੁਹਾਨੂੰ ਆਪਣੇ ਨਾਲ ਕਹਾਣੀ ਸਾਂਝੀ ਕਰਾਂਗਾ। ਇਸ ਕਰਕੇ ਵਿਚਾਲੇ ਮੈਨੂੰ ਇਹ ਕੋਈ ਕਵਿਤਾ ਵਗੈਰਾ ਸੁਣਾਉਣ ਦਾ ਹੁਕਮ ਨਾ ਕਰਿਓ, ਕੋਈ ਕਹਾਣੀ ਨੇ ਬਥੇਰਾ ਟਾਈਮ ਲੈ ਜਾਣਾ। ਹਾਂਜੀ ਡਾਕਟਰ ਸਾਹਿਬ, ਮਾਈਕ ਹੁਣ ਤੁਹਾਡੇ ਵੱਲ ਹੈ। ਸਭ ਤੋਂ ਪਹਿਲਾਂ ਸਾਡੇ ਮੰਚ ਦੇ ਸਭ ਤੋਂ ਸਿੰਘ ਜੀ ਕੰਮ ਸਤਿਕਾਰ, ਮੰਚ ਨਾਲ ਜੁੜੇ ਹੋਏ ਤਮਾਮ ਦਰਸ਼ਕਾਂ ਦਾ, ਤਮਾਮ ਸੋਚਾਂ ਦਾ, ਪੰਜਾਬੀ ਪ੍ਰੈਸ ਸਭਾ ਰਾਮਾ ਮੰਡੀ ਵੱਲੋਂ ਹਾਰਦਿਕ ਸਵਾਗਤ। ਹਾਂਜੀ, ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਆਪਣੀ ਮਹਿਫਲ ਦਾ ਰੰਗਾਰੰਗ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ, ਅੱਜ ਦੇ ਇਤਿਹਾਸ ਦਿਹਾੜਾ, ਅੱਜ ਸਾਰੇ ਇਤਿਹਾਸ ਗੁਰਦੁਆਰਿਆਂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪਾਠਾਂ ਦੇ ਭੋਗ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇੱਕ ਲਾਲ ਸਾਲ ਕੁਰਬਾਨੀ ਜੋ ਸ਼ਹੀਦੀਆਂ ਭਰੇ ਸਿੱਖ ਇਤਿਹਾਸ ਵਿੱਚ ਮੁੱਢਲੇ ਪੰਨਿਆਂ ਤੇ ਲਿਖੀ ਹੋਈ ਹੈ, ਇਹੋ ਜਿਹੀ ਕੁਰਬਾਨੀ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲਦੀ ਹੋਵੇ। ਆਪਣੇ ਸਿਰਕ ਤੋਂ ਉਹ ਡਲਾ ਨਹੀਂ ਸਕਿਆ। ਮੈਂ ਦੋ ਲੈਣਾ ਤੋਂ ਉਹਨਾਂ ਦੀ ਵਿੱਚ ਬੋਲ ਕੇ ਆਪਣੇ ਮਹਿਬੂ ਦੇ ਪ੍ਰੋਗਰਾਮ ਦਾ ਆਗਾਜ਼ ਕਰਾਂਗਾ। ਰਹਿੰਦੀ ਦੁਨੀਆਂ ਤੱਕ ਹੋਵੇਗਾ ਚਾਚਾ, ਰਹਿੰਦੀ ਦੁਨੀਆਂ ਤੱਕ ਹੋਵੇਗਾ ਚਾਚਾ, ਸ਼ਰੇਆਮ ਸ਼ਹੀਦਾਂ ਦਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਵੇਗਾ, ਨਾਮ ਸ਼ਹੀਦਾਂ ਦਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਵੇਗਾ, ਨਾਮ ਸ਼ਹੀਦਾਂ ਦਾ। ਇਹ ਸੀ ਸਾਡੇ ਅੱਜ ਦੇ ਦਿਹਾੜੇ ਦਾ ਇਤਿਹਾਸਕ ਮਹੱਤਵ, ਜੋ ਕਿ ਸਾਨੂੰ ਦੱਸ ਚੁੱਕੇ ਹੈ, ਔਰ ਉਸ ਤੋਂ ਬਾਅਦ ਅਸੀਂ ਆਪਣੀ ਮਹਿਫਲ ਆਪਣਾ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ। ਔਰ ਸਭ ਤੋਂ ਪਹਿਲਾਂ ਮੈਂ ਆਪਣੇ ਨਾਲ ਬੈਠੇ ਤਮਾਮ ਦਰਸ਼ਕਾਂ ਨੂੰ ਦੱਸ ਦੇਵਾਂ, ਸਾਡੇ ਨਾਲ ਬੈਠੇ ਨੇ ਸਾਡੇ ਮੰਚ ਦੇ ਪ੍ਰਧਾਨ ਗੁਰਗੀਤ ਸਵਾਮੀ, ਉਸ ਤੋਂ ਬਾਅਦ ਸਾਡੇ ਬਹੁਤ ਹੀ ਦੋਸਤ ਸੋਨੂੰ ਇੰਸਲੀ, ਔਰ ਮੈਂ ਦਾਸ ਚਰਨਜੀਤ ਚੰਦ, ਤੇ ਇਸ ਤੋਂ ਬਾਅਦ ਅਸੀਂ ਮੈਂ ਮਾਈਕ ਦੇਣ ਜਾ ਰਿਹਾ ਗੁਰਗੀਤ ਸਵਾਮੀ ਜੀ ਨੂੰ। ਅੱਜ ਦੀ ਮਹਿਫਲ ਦਾ ਆਗਾਜ਼ ਆਪਣੀ ਕੋਈ ਖੂਬਸੂਰਤ ਰਚਨਾ ਆਪਣੇ ਵਿਚਾਰਾਂ ਨਾਲ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਸ਼ੁਰੂਆਤ ਕਰ ਗੁਰਗੀਤ ਸਵਾਮੀ। ਹਾਂਜੀ ਸਵਾਮੀ ਜੀ, ਪੰਜਾਬੀ ਮੰਚ ਦੇ ਤਮਾਮ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੈਂ ਗੁਰਮੀਤ ਸਿੰਘ ਸਵਾਮੀ ਸਤਿ ਸ੍ਰੀ ਅਕਾਲ ਕਰਦਾ ਹਾਂ, ਅਤੇ ਨਾਲ ਹੀ
ਮੈਂ ਅਮਰੀਕਾ ਵਿੱਚ ਵੱਸਦੇ ਪੰਜਾਬ ਦੇ ਸਾਡੇ ਪੰਜਾਬ ਦੇ ਪਿਛੋਕੜ ਤੇ ਵਸਨੀਕ ਸਰਦਾਰ ਅਮਰੀਕ ਸਿੰਘ ਜੀ ਕੰਧ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਨੀਲਾਂ ਦੂਰ ਰਹਿੰਦੇ ਹੋਏ ਵੀ ਸਾਨੂੰ ਆਪਣੇ ਨਾਲ ਜੋੜਿਆ ਹੋਇਆ ਹੈ ਤੇ ਪੰਜਾਬੀ ਮਾਂ ਦੀ ਦਿਨ ਰਾਤ ਸੇਵਾ ਵਿੱਚ ਤਤਪਰ ਹਨ, ਪੰਜਾਬੀ ਵਿਰਸੇ ਨਾਲ ਜੁੜੇ ਹੋਏ ਹਨ ਤੇ ਸਾਨੂੰ ਜੋ ਕਿ ਅਸੀਂ ਭਾਵੇਂ ਕਿ ਉਹਨਾਂ ਤੋਂ ਉਮਰ ਵਿੱਚ ਕਾਫ਼ੀ ਛੋਟੇ ਹਾਂ, ਉਹਨਾਂ ਦੇ ਬੱਚਿਆਂ ਵਰਗੇ ਹਾਂ ਤੇ ਉਹ ਸਾਨੂੰ ਹਮੇਸ਼ਾ ਤੋਂ ਵੀ ਨਾਲ ਲੈ ਕੇ ਚੱਲ ਰਹੇ ਹਨ ਤੇ ਲਗਾਤਾਰ ਸਾਡਾ ਹੌਸਲਾ ਵਧਾਉਂਦੇ ਰਹਿੰਦੇ ਹਨ ਤਾਂ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕੀਏ। ਆਪਣੀਆਂ ਆਪਸੀ ਵੈਰ ਵਿਰੋਧ ਆਪਸੀ ਭਾਵਨਾਵਾਂ ਨੂੰ ਛੱਡ ਕੇ ਇੱਕਜੁੱਟ ਹੋ ਕੇ ਸਮਾਜ ਵਿੱਚ ਵਿਚਰਦੇ ਹੋਏ ਪੰਜਾਬੀ ਦੀ ਸੇਵਾ ਕਰੀਏ ਤੇ ਆਪਸ ਵਿੱਚ ਮਿਲ ਕੇ ਰਹੀਏ। ਦੋਸਤੋ ਭਾਵੇਂ ਸਮੇਂ ਸਮੇਂ ਉੱਤੇ ਪੰਜਾਬੀ ਸਾਹਿਤ ਧਰਮਾਂ ਮੰਡੀ ਵਿੱਚ ਮਜਲਿਸ ਦਾ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਜਿਸ ਵਿੱਚ ਅਸੀਂ ਵੱਖ ਵੱਖ ਤਰੀਕਿਆਂ ਉੱਤੇ ਚਰਚਾ ਕਰਦੇ ਰਹਿੰਦੇ ਹਾਂ, ਪਰ ਨਾਲ ਦੀ ਨਾਲ ਹੀ ਅਸੀਂ ਤੁਹਾਡੇ ਮਨੋਰੰਜਨ ਲਈ ਮਹਿਫਲ ਦਾ ਪ੍ਰੋਗਰਾਮ ਵੀ ਚਲਾਉਂਦੇ ਹਾਂ ਤੇ ਜੋ ਹੈ ਉਸ ਵਿੱਚ ਮੈਂ ਸਭ ਤੋਂ ਪਹਿਲਾਂ ਸਰਦਾਰ ਅਮਰੀਕ ਸਿੰਘ ਜੀ ਕੰਧ ਤੋਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਲੈਣੀ ਚਾਹੁੰਦੇ ਹਾਂ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਨ, ਸਾਹਿਤਕ ਖੇਤਰ ਨਾਲ ਜੁੜੇ ਹੋਏ ਹਨ, ਉਹਨਾਂ ਦੇ ਸਰਦਾਰ ਅਮਰੀਕ ਸਿੰਘ ਜੀ ਕੰਧ ਤੋਂ ਦੇ ਨਾਮ ਤੋਂ ਉਹਨਾਂ ਦੀ ਸ਼ਖਸੀਅਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਸਰਦਾਰ ਅਮਰੀਕ ਸਿੰਘ ਜੀ ਕੰਧ ਪੰਜਾਬੀ ਮੰਚ ਯੂਐਸਏ ਦੇ ਮੁਖੀ ਹਨ ਤੇ ਸਾਨੂੰ ਸਮੇਂ ਸਮੇਂ ਤੇ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਪਿੱਛੇ ਜਿਹੇ ਹੁਣ ਭਾਵੇਂ ਕਿ ਉਹਨਾਂ ਦੀਆਂ ਪਹਿਲਾਂ ਵੀ ਕਾਫ਼ੀ ਕਿਤਾਬਾਂ ਸਾਡੇ ਦਰਮਿਆਨ ਆ ਚੁੱਕੀਆਂ ਹਨ ਪੰਜਾਬੀ ਰਚਨਾਵਾਂ ਦੀਆਂ, ਤੇ ਪਿੱਛੇ ਜਿਹੇ ਸਾਨੂੰ ਗੜਸ਼ੰਕਰ ਵਿਖੇ ਉਹਨਾਂ ਦੀ ਕਿਤਾਬ ਜਿਹੜੀ ਹੈ ਮੈਂ ਰਾਹੀ ਵਿਖਰੇ ਰਾਹਾਂ ਦਾ ਰਿਲੀਜ਼ ਕਰਨ ਦਾ ਮੌਕਾ ਮਿਲਿਆ ਤੇ ਮੈਂ ਅੱਜ ਉਸੇ ਕਿਤਾਬ ਵਿੱਚੋਂ ਇੱਕ ਰਚਨਾ ਹੈ ਜਿਹੜੀ ਉਹ ਸੁਣਾਉਣ ਦੀ ਇੱਕ ਖੇਚਲ ਕਰ ਰਿਹਾ ਹਾਂ, ਕੋਸ਼ਿਸ਼ ਕਰ ਰਿਹਾ ਹਾਂ ਤੇ ਭਾਵੇਂ ਕਿ ਉਹਨਾਂ ਦੇ ਸਾਹਮਣੇ ਮੇਰੀ ਕੋਈ ਅਹਿਮੀਅਤ ਨਹੀਂ, ਮੇਰੀ ਕੋਈ ਸ਼ਖਸੀਅਤ ਨਹੀਂ, ਪਰ ਫਿਰ ਵੀ ਮੈਂ ਇੱਕ ਹੌਸਲਾ ਕਰਕੇ ਇਹ ਉਹਨਾਂ ਦੀ ਇੱਕ ਜਿਹੜੀ ਰਚਨਾ ਹੈ ਉਹ ਸੁਣਾਉਣ ਜਾ ਰਿਹਾ ਹਾਂ ਜੀ। ਅੱਜ ਦੀ ਜੋ ਰਚਨਾ ਹੈ ਉਸਦਾ ਨਾਮ ਹੈ ਤੂੰ ਕੋਇਲ ਸਾਡੇ ਬਾਗਾਂ ਦੀ, ਬਹੁਤ ਹੀ ਵਧੀਆ ਰਚਨਾ ਹੈ। ਲਓ ਜੀ ਪੇਸ਼ ਹੈ, ਅਸਾਂ ਵਿੱਚ ਪਿਆਰ ਦੀ ਮੰਡੀ ਦੇ ਕਰ ਦਿੱਤਾ ਦਿਲ ਨਿਲਾਮ ਕੁੜੇ, ਮਦ ਪੀਤੀਆਂ ਸੱਚੀਆਂ ਪੀਤਾਂ ਦੀ, ਮਦ ਪੀਤੀ ਸੱਚੀਆਂ ਪੀਤਾਂ ਦੀ ਭਾਵੇਂ ਜੱਗ ਕਰੇ ਬਦਨਾਮ ਕੁੜੇ, ਅਸੀਂ ਮਾੜਾ ਕੰਮ ਕੋਈ ਕੀਤਾ ਨਾ ਫਿਰ ਰਹੀਏ ਕਿਉਂ ਗੁਮਨਾਮ ਕੁੜੇ, ਲੁਕ ਲੁਕ ਕੇ ਮਿਲਣੇ ਵਾਲਾ ਵੀ ਕਿਉਂ ਲੱਭੀਏ ਕੋਈ ਮੁਕਾਮ ਕੁੜੇ, ਅਸੀਂ ਮਾੜਾ ਕੰਮ ਕੋਈ ਕੀਤਾ ਨਾ ਫਿਰ ਰਹੀਏ ਕਿਉਂ ਗੁਮਨਾਮ ਕੁੜੇ, ਲੁਕ ਲੁਕ ਕੇ ਮਿਲਣੇ ਵਾਲਾ ਵੀ ਕਿਉਂ ਲੱਭੀਏ ਕੋਈ ਮੁਕਾਮ ਕੁੜੇ, ਪਹਿਚਾਨ ਹੈ ਨਾਮ ਪਿਆਰਾਂ ਦਾ, ਪਹਿਚਾਨ ਹੈ ਨਾਮ ਪਿਆਰਾਂ ਦਾ, ਸਾਨੂੰ ਕਬਜ਼ੇ ਦੀ ਨਾ ਭੁੱਖ ਕੁੜੇ, ਤੂੰ ਕੋਇਲ ਸਾਡੇ ਬਾਗਾਂ ਦੀ ਕਰ ਜਾਈ ਨਾ ਸੁਣੇ ਰੁੱਖ ਕੁੜੇ, ਦੁਨੀਆਂ ਦੀ ਰੀਤ ਹੈ ਲਾਲਚ ਦੀ, ਇਸ ਦੁਨੀਆਂ ਦੀ ਰੀਤ ਹੈ ਲਾਲਚ ਦੀ, ਨਿਸ਼ਕਾਮ ਸਿਪਾਹੀ ਥੋੜੇ ਨੇ, ਕਈ ਉੱਜੜ ਗਏ ਪਿਆਰਾਂ ਲਈ, ਕਈਆਂ ਨੇ ਖਾਧੇ ਕੋੜੇ ਨੇ, ਇਸ ਜੱਗ ਨੇ ਢਿੱਲ ਗੁਜ਼ਾਰੀ ਨਾ, ਇਸ ਜੱਗ ਨੇ ਢਿੱਲ ਗੁਜ਼ਾਰੀ ਨਾ, ਕਈਆਂ ਦੇ ਦਿਲ ਵੀ ਤੋੜੇ ਨੇ, ਇਹ ਪਹਿਲਾਂ ਸਿੱਧਾ ਪੱਧਰਾ ਨਹੀਂ, ਇਹ ਪਹਿਲਾਂ ਸਿੱਧਾ ਪੱਧਰਾ ਨਹੀਂ, ਇਸ ਰਾਹ ਵਿੱਚ ਕਾਫ਼ੀ ਰੋੜੇ ਨੇ, ਤੱਕ ਵਰਖਾ ਤੱਕ ਵਰਖਾ ਤੇਰੇ ਹੰਝੂਆਂ ਦੀ, ਅਸੀਂ ਤੱਕ ਵਰਖਾ ਤੇਰੇ ਹੰਝੂਆਂ ਦੀ, ਸਾਡੇ ਹੁੰਦਾ ਕਰਦੇ ਦੁੱਖ ਤੁਰੇ, ਤੂੰ ਕੋਇਲ ਸਾਡੇ ਬਾਗਾਂ ਦੀ ਕਰ ਜਾਈ ਨਾ ਸੁਣੇ ਰੁੱਖ ਕੁੜੇ, ਅਸੀਂ ਦਿਲਾਂ ਦੇ ਸਾਦੇ ਕਾਂ ਬੈਠੇ ਪਰ ਮੰਗੀਏ ਕੋਈ ਹਰਜਾਨਾ ਨਾ, ਅਸੀਂ ਦਿਲਾਂ ਦੇ ਸਾਦੇ ਕਾਂ ਬੈਠੇ ਪਰ ਮੰਗੀਏ ਕੋਈ ਹਰਜਾਨਾ ਨਾ, ਇੱਕ ਵਾਰ ਪਹੁੰਚ ਕੇ ਸ਼ਮਾ ਪਾਸ ਪਿੱਛੇ ਹੱਟਦਾ ਫਿਰ ਪਰਵਾਨਾ ਨਾ, ਕਈ ਛੱਡ ਗਏ ਤੱਕ ਪਿਆਰਾਂ ਲਈ, ਕਈ ਛੱਡ ਗਏ ਤੱਕ ਪਿਆਰਾਂ ਲਈ, ਇਹਨੂੰ ਛੱਡਦਾ ਕੋਈ ਦੀਵਾਨਾ ਨਾ, ਹੋਰ ਦੱਸ ਹੋਰ ਕੀ ਲੱਭਦੀ ਫਿਰਦੀ ਏ ਤੂੰ, ਦੱਸ ਹੋਰ ਕੀ ਲੱਭਦੀ
ਕਰਦੀ ਹੈ ਇਸ ਵਰਗਾ ਕੋਈ ਖਜ਼ਾਨਾ ਨਾ। ਮੈਂ ਇੱਕ ਭੇਗ ਪਿਆਰ ਦੀ ਉੱਤਰ ਵੱਲ ਕਈ ਦੱਖਣ ਵੱਲ ਨਾ ਮੁੱਖ ਤੁਰੇ ਤੂੰ ਕੋਲੇ ਸਾਡੇ ਬਾਗਾਂ ਦੀ ਕਰ ਜਾਈ ਨਾ ਫੁੱਲੇ ਰੁੱਖ ਤੁਰੇ। ਜਦ ਰਾਸਤਾ ਇਹ ਅਪਣਾਇਆ ਏ ਅਸੀਂ ਜਦ ਰਾਸਤਾ ਇਹ ਅਪਣਾਇਆ ਏ ਫਿਰ ਕਿਹੜੀ ਗੱਲ ਦਾ ਝਾਕਾ ਏ ਕੰਮ ਜੱਗ ਦਾ ਅੜਿੱਕੇ ਪਾਉਣਾ ਏ ਕੰਮ ਜੱਗ ਦਾ ਅੜਿੱਕੇ ਪਾਉਣਾ ਏ ਲਾਉਣਾ ਕਦਮ ਕਦਮ ਤੇ ਨਾਕਾ ਏ ਤੇਰਾ ਰੋਣਾ ਸਾਉਣ ਦੀ ਝੜੀ ਵਰਗਾ ਫੁੱਲ ਝੜੀਆਂ ਵਰਗਾ ਹਾਸਾ ਏ ਦੁਨੀਆਂ ਜੋ ਮਰਜ਼ੀ ਕਰ ਕਹੀ ਜਾਏ ਦੁਨੀਆਂ ਜੋ ਮਰਜ਼ੀ ਕਹੀ ਜਾਏ ਅਸੀਂ ਕਦੇ ਨਾ ਬਟਨਾ ਪਾਪਾ ਏ ਹੁਣ ਡਰ ਕੇ ਕੰਗ ਦੇ ਮਿਹਣਿਆਂ ਤੋਂ ਹੁਣ ਡਰ ਕੇ ਕੰਗ ਦੇ ਮਿਹਣਿਆਂ ਤੋਂ ਕਿਤੇ ਮੋੜ ਲਵੀ ਨਾ ਮੁੱਖ ਪੁੜੇ ਤੂੰ ਕੋਇਲ ਸਾਡੇ ਬਾਗਾਂ ਦੀ ਕਰ ਜਾਈ ਨਾ ਸੁਣੇ ਰੁੱਖ ਪੁੜੇ ਤੂੰ ਕੋਇਲ ਸਾਡੇ ਬਾਗਾਂ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਮੈਂ ਆਪਣੇ ਦੋਸਤਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਖੁਸ਼ੀ ਮਹਿਸੂਸ ਬੜੇ ਫਖਰ ਨਾਲ ਦੱਸਣਾ ਚਾਹੁੰਦਾ ਹਾਂ ਕਿ ਦੋਸਤੋ ਇਹ ਜਿਹੜੀ ਸਰਦਾਰ ਅਮਰੀਕ ਸਿੰਘ ਦੀ ਸੰਗ ਦੀ ਕਿਤਾਬ ਹੈ ਮੈਂ ਰਾਹੀ ਦੇਖੜੇ ਰਾਕਾ ਰਾਹਾਂ ਦਾ ਇਹ ਪੰਜਾਬੀ ਸਾਹਿਤ ਸਭਾ ਰਾਮਾ ਮੰਡੀ ਵਿੱਚ ਸਾਡੇ ਦਰਮਿਆਨ ਸਾਡੇ ਕੋਲ ਪਹੁੰਚ ਚੁੱਕੀ ਹੈ ਤੇ ਜੋ ਵੀ ਦੋਸਤ ਮਿੱਤਰ ਇਹ ਕਿਤਾਬ ਖਰੀਦਣੀ ਚਾਹੁੰਦਾ ਹੋਵੇ ਤਾਂ ਉੱਥੇ ਨਾਲ ਮੋਬਾਈਲ ਉੱਤੇ ਫੋਨ ਕਰਕੇ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਸਾਡੇ ਨਾਲ ਕੰਟੈਕਟ ਕਰਕੇ ਇਹ ਕਿਤਾਬ ਪ੍ਰਾਪਤ ਕਰ ਸਕਦਾ ਹੈ ਤੇ ਇਹ ਕਿਤਾਬ ਜਿਹੜੀ ਹੈ ਇਸ ਕਿਤਾਬ ਤੋਂ ਜੋ ਵੀ ਸਾਨੂੰ ਧਰਤੀ ਦਾ ਪੈਸਾ ਇਕੱਠਾ ਹੋਵੇਗਾ ਧਨ ਇਕੱਠਾ ਹੋਵੇਗਾ ਉਸ ਉੱਤੇ ਨਾ ਹੀ ਤਾਂ ਸਰਦਾਰ ਅਮਰੀਕ ਸਿੰਘ ਦੀ ਸੰਘ ਦਾ ਕੋਈ ਅਧਿਕਾਰ ਚਾਹੀਦਾ ਸੀ ਉਹਨਾਂ ਨੂੰ ਦੇਣੇ ਹਨ ਤੇ ਨਾ ਹੀ ਅਸੀਂ ਆਪਣੀ ਸਭਾ ਵਿੱਚ ਰੱਖਣੇ ਹਨ ਇਹ ਸਾਰੇ ਦਾ ਸਾਰਾ ਪੈਸਾ ਜਿਹੜਾ ਹੈ ਰੁਪਈਆ ਜਿਹੜਾ ਉਹ ਇਕੱਠਾ ਹੋਵੇਗਾ ਇਹ ਜੋ ਪੰਜਾਬੀ ਮੰਚ ਦਾ ਜੋ ਕੰਪੀਟੀਸ਼ਨ ਸਿੰਗਿੰਗ ਤੇ ਵੀਡੀਓ ਕੰਪੀਟੀਸ਼ਨ ਚੱਲ ਰਿਹਾ ਹੈ ਗੀਤਾਂ ਦਾ ਉਸ ਉੱਤੇ ਖਰਚ ਕੀਤਾ ਜਾਵੇਗਾ ਜੋ ਕਿ ਕੁਝ ਹੀ ਦਿਨਾਂ ਬਾਅਦ ਅਸੀਂ ਪੰਜਾਬੀ ਸਾਹਿਤ ਸਭਾ ਰਾਮਾ ਮੰਡੀ ਵਿੱਚ ਰਾਮਾ ਮੰਡੀ ਵਿੱਚ ਕਰਵਾ ਰਹੇ ਹਾਂ ਪੰਜਾਬੀ ਮੰਚ ਦੇ ਸਰਦਾਰ ਅਮਰੀਕ ਸਿੰਘ ਦੀ ਸੰਘ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕੀਤਾ ਜਾਵੇਗਾ ਤਾਂ ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕਿਤਾਬਾਂ ਜੋ ਕਿ ਦਿਨੋ ਦਿਨ ਦਿਖ ਰਹੀਆਂ ਹਨ ਭਾਵੇਂ ਕਿ ਥੋੜੀਆਂ ਰਹਿ ਚੁੱਕੀਆਂ ਹਨ ਤੇ ਕੋਈ ਵੀ ਦੋਸਤ ਬਾਅਦ ਵਿੱਚ ਜੇ ਸਾਨੂੰ ਉਲਾਂਭਾ ਨਾ ਦੇਵੇ ਕਿ ਮੈਂ ਇਸ ਕਿਤਾਬ ਤੋਂ ਰਹਿ ਗਿਆ ਤਾਂ ਅਸੀਂ ਹੁਣੇ ਹੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਵੀ ਦੋਸਤ ਇਹ ਕਿਤਾਬ ਖਰੀਦਣੀ ਚਾਹੁੰਦਾ ਹੋਵੇ ਤਾਂ ਉਹ ਸਾਡੇ ਤੋਂ ਇਹ ਕਿਤਾਬ ਪ੍ਰਾਪਤ ਕਰ ਸਕਦਾ ਹੈ ਮੇਰੇ ਨਾਲ ਮੇਰੇ ਮੋਬਾਈਲ ਨੰਬਰ ਉੱਤੇ ਮੈਨੂੰ ਫੋਨ ਕਰ ਸਕਦਾ ਹੈ ਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਸੀਂ ਕਿਸੇ ਵੀ ਤਰੀਕੇ ਉਹਨਾਂ ਕੋਲ ਇਹ ਕਿਤਾਬ ਜੋ ਜਿਹੜੀ ਹੈ ਇਹ ਪਹੁੰਚਦੀ ਕਰਾਂਗੇ ਮੇਰਾ ਫੋਨ ਨੰਬਰ ਹੈ 84270 10 470 8427010470 ਦੋਸਤੋ ਪੰਜਾਬੀ ਮੰਚ ਦੇ ਸਹਿਯੋਗ ਨਾਲ ਜੋ ਵੀਡੀਓ ਤੇ ਸਿੰਗਿੰਗ ਕੰਪੀਟੀਸ਼ਨ ਚੱਲ ਰਿਹਾ ਹੈ ਉਸਦੇ ਵਾਸਤੇ ਆਪਣੇ ਅਖੀਰਲੇ ਪੜਾਅ ਵੱਲ ਹੈ ਤੇ ਕੁਝ ਹੀ ਦਿਨਾਂ ਵਿੱਚ ਇੱਕ ਦੋ ਦਿਨਾਂ ਵਿੱਚ ਅਸੀਂ ਉਸਦਾ ਜੋ ਗੀਤ ਗਾਉਣ ਦਾ ਦਿਨ ਹੈ ਰਾਤ ਬਾਅਦ ਕੋਈ ਵੀ ਦੋਸਤ ਆਪਣਾ ਗੀਤ ਜਿਹੜਾ ਹੈ ਕੰਪੀਟੀਸ਼ਨ ਵਿੱਚ ਨਹੀਂ ਪਾ ਸਕੇਗਾ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਮਿੱਤਰ ਸਾਡਾ ਕੋਈ ਇਹ ਗੀਤ ਗਾਉਣਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਸੰਬੰਧ ਸਾਡੇ ਨਾਲ ਕੰਟੈਕਟ ਕਰੇ ਪੰਜਾਬੀ ਫਰੈਂਡਸ ਐਂਡ ਫੈਨ ਤੇ ਵੀ ਲਿਖ ਦਿਓ ਮੇਰੀ ਟਾਈਮ ਲਾਈਨ ਤੇ ਸਾਰੇ ਥਾਵਾਂ ਤੇ ਜਿਹੜੇ ਆਪਣੇ ਗਰੁੱਪਸ ਹੈਗੇ ਆ ਉੱਥੇ ਤੁਸੀਂ ਸਾਰੀਆਂ ਥਾਵਾਂ ਤੇ ਲਿਖ ਸਕਦੇ ਹੋ ਜੀ ਸਰ ਜੀ ਹਾਂਜੀ ਸਰ ਇਹ ਸੀ ਦਮਰੀ ਸਵਾਮੀ ਜੀ ਜਿਹਨਾਂ ਨੇ ਅਮਰੀਕ ਸਿੰਘ ਕਾਂਗ ਦੀ ਲਿਖੀ ਹੋਈ ਰਚਨਾ ਲਿਖੀ ਹੋਈ ਕਿੱਸਾ ਆਪਣੇ ਤਰੀਕੇ ਨਾਲ ਆਪਣੇ ਅੰਦਾਜ਼ ਨਾਲ ਸਾਡੇ ਮੰਚ ਦੇ ਸਰੋਤਿਆਂ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੀ ਔਰ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਸਾਡੇ ਨਾਲ ਰੱਖੇ ਔਰ ਇਸ ਤੋਂ ਬਾਅਦ ਜੀ
ਸਾਡੇ ਨਾਲ ਬੈਠੇ ਸਾਡੇ ਸਾਥੀ ਸੋਨੂ ਇੰਸਾ ਜੀ ਜੋ ਕਿ ਬਿਲਕੁਲ ਤਿਆਰ ਨੇ ਆਪਣੀ ਰਚਨਾ ਕਹਿਣ ਲਈ ਆਪਣੀਆਂ ਭਾਵਨਾਵਾਂ ਸਾਡੇ ਦਰਸ਼ਕਾਂ ਨਾਲ ਸਾਡੇ ਮੰਚ ਨਾਲ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰਨ ਵਾਸਤੇ ਅਸੀਂ ਮੈਂ ਇੱਕ ਉਹਨਾਂ ਦੇ ਹਵਾਲੇ ਕਰਨ ਜਾ ਰਿਹਾ ਸੋਨੂ ਇੰਸਾ ਜੀ ਆਪਣੀ ਇੱਕ ਰਚਨਾ ਸਾਡੇ ਨਾਲ ਸਾਂਝੀ ਕਰ ਸੋਨੂ ਇੰਸਾ ਜੀ ਸੋਨੂ ਜੀ ਜ਼ਿੰਦਗੀ ਸ਼ਹਿਦ ਵਾਂਗ ਮਿੱਠੀ ਸੀ ਹੁਣ ਬਣ ਗਈ ਹੈ ਜ਼ਹਿਰ
ਬਹੁਤ ਅੱਛੇ ਬਹੁਤ ਅੱਛੇ ਤੁਹਾਨੂੰ ਜੀ, ਬਹੁਤ ਅੱਛੇ, ਵੈਰੀ ਨਾਈਸ, ਕਮਾਲ ਕਰਤੀ, ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਰਹੇ ਨੇ, ਲਿਖੀ ਵੀ ਵਧੀਆ ਤੇ ਗਾਈ ਵੀ ਵਧੀਆ। ਹਾਂਜੀ ਸਰ, ਇਹ ਸੀ ਸਾਡੇ ਮੰਚ ਦੇ ਹਰੀਆ ਸਿੰਗਰ ਸੋਨੂੰ ਅਹਿੰਸਾ ਜੀ, ਸੋਨੂੰ ਅਹਿੰਸਾ ਜੀ ਜਿਹਨਾਂ ਨੇ ਕਿ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਔਰ ਬਹੁਤ ਹੀ ਦਰਦ ਭਰੀ ਸੋਚ ਭਰੀ ਆਵਾਜ਼ ਦੇ ਨਾਲ ਸਾਡੇ ਨਾਲ ਆਪਣਾ ਗੀਤ ਸ਼ੇਅਰ ਕਰਿਆ। ਉਹ ਕੰਪੀਟੀਸ਼ਨ ਵਾਲੇ ਗੀਤ, ਕੰਪੀਟੀਸ਼ਨ ਵਾਲੇ ਗੀਤ ਇਹਨਾਂ ਦਾ ਪਹੁੰਚਾ ਨਹੀਂ, ਉਹਦਾ ਕੀ ਬਣਿਆ? ਮੈਂ ਤੁਹਾਨੂੰ ਵਿੱਚੇ ਟੋਕ ਦਿਆਂ, ਨਹੀਂ ਸੋਨੂੰ ਦਾ, ਉਹ ਸਿਰਫ ਸਤਪਾਲ ਬੰਗੀ ਦਾ, ਸਿਰਫ ਸਤਪਾਲ ਬੰਗੀ ਦਾ ਗੀਤ ਹੈ। ਸਤਪਾਲ ਬੰਗੀ ਦਾ ਸਿਰਫ ਗੀਤ, ਸਿਰਫ ਸਤਪਾਲ ਬੰਗੀ ਦਾ ਗੀਤ ਆਇਆ, ਉਹਦੇ ਵਿੱਚੋਂ ਵੀ 6 ਲਾਈਨਾਂ ਮਿਸ ਸਨ। ਉਹ ਮੈਂ ਉਹ ਕਈ ਵਾਰ ਸੁਣਿਆ, ਉਹ ਮੈਂ ਕੱਟ ਵੱਢ ਕੇ ਅੱਗੇ ਪਿੱਛੇ ਕਰ ਲਿਆ, ਫਿਰ ਉਹਨੂੰ ਦੱਸਿਆ ਵੀ ਇਹ 6 ਲਾਈਨਾਂ ਮਿਸ ਸੀ। ਉਹ ਕਹਿੰਦਾ ਮੈਂ ਦੁਬਾਰਾ ਮੈਂ ਗਾ ਦੂੰਗਾ ਵੀਕਐਂਡ ਤੇ। ਤੇ ਮੈਂ ਸੋਚਦਾ ਸੀ ਵੀ ਤੁਸੀਂ ਤਾਂ ਪਿਛਲੇ ਹਫ਼ਤੇ ਕਹਿੰਦੇ ਸੀਗੇ ਵੀ 3-4 ਵੀਡੀਓ ਹੋਰ ਕੀਤੇ ਨੇ, ਵੀ ਤੁਹਾਡੇ ਗਏ ਕਿੱਥੇ ਆ? ਉਹ ਦੁਬਾਰਾ ਲੋਡ ਕਰੋ, ਜਾਂ ਫਿਰ ਉਹ ਬੰਗੀ ਨੇ ਤਾਂ ਲੋਡ ਆਪਣੇ ਕੰਪਿਊਟਰ ਤੋਂ ਕੀਤਾ ਹੋਣਾ, ਤੁਸੀਂ ਕਿੱਥੋਂ ਕੀਤਾ ਸੀ? ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ, ਮੈਂ ਸਵਾਮੀ ਜੀ ਨੂੰ ਪਹਿਲਾਂ ਵੀ ਕਿਹਾ ਵੀ ਜਦੋਂ ਵੀ ਕੋਈ ਚੀਜ਼ ਮੈਨੂੰ ਭੇਜਦੇ ਆ, ਮੈਨੂੰ ਰਾਈਟ ਵੇ ਈਮੇਲ ਰਾਹੀਂ, ਫੇਸਬੁੱਕ ਰਾਹੀਂ ਉਸ ਵੇਲੇ ਮੈਸੇਜ ਵੀ ਲਾ ਦਿਆ ਕਰੋ, ਤਾਂ ਕਿ ਮੈਂ ਉਹਨਾਂ ਦੀ ਤਲਾਸ਼ ਕਰਨੀ ਵੀ ਸ਼ੁਰੂ ਕਰ ਦਵਾਂ। ਆਪਣੇ 3-4 ਦਿਨ ਵੇਸਟ ਹੋ ਗਏ, ਮੈਂ ਤੁਹਾਨੂੰ ਅੱਜ ਪੁੱਛ ਲਿਆ ਬਾਈ ਚਾਂਸ, ਤੁਸੀਂ ਆਪੇ ਹੀ ਸੂ ਕਰ ਲੈਂਦੇ ਵੀ ਮਿਲ ਗਏ ਹੋਣੇ ਆ। ਜੇ ਮਿਲ ਗਏ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਸੀ ਰਾਈਟ ਵੇ, ਤੇ ਉਹ 4 ਦਿਨ ਥੋੜੀ ਲੱਗਦੇ, ਉਹ ਤਾਂ 1 ਮਿੰਟ ਦੇ ਵਿੱਚ ਹੀ, 30 ਸੈਕਿੰਡ ਦੇ ਵਿੱਚ ਈਮੇਲ ਆ ਜਾਂਦੀ, ਉਸੇ ਵੇਲੇ ਹੀ ਮੈਸੇਜ ਆ ਜਾਂਦਾ ਰਾਈਟ ਵੇ। ਜਿਸ ਦਿਨ ਬੰਗੀ ਨੇ ਭੇਜੇ ਆ ਉਹਦੇ ਉਸੇ ਵੇਲੇ ਆਇਆ, ਉਸੇ ਵੇਲੇ ਮੈਂ ਉਹਨੂੰ ਦੱਸ ਦਿੱਤਾ ਕਿ ਤੇਰੀਆਂ 6 ਲਾਈਨਾਂ ਵਿੱਚੋਂ ਮਿਸ ਨੇ। ਉਹ ਕਹਿੰਦਾ ਮੈਂ ਦੁਬਾਰਾ 6 ਲਾਈਨਾਂ ਕਰ ਦੂੰਗਾ, ਤੁਹਾਡੇ ਗੀਤ ਨਹੀਂ ਆਏ। ਬਸ ਫਿਰ ਜਿੱਥੋਂ ਵੀ ਉਹਨਾਂ ਨੇ ਕੀਤਾ ਮੇਲ, ਉਹ ਉਹਨਾਂ ਦੇ ਉਹਨਾਂ ਦੀ ਆਏ ਆ, ਤੁਹਾਡੇ ਨਹੀਂ ਆਏ। ਬੰਗੀ ਸਾਹਿਬ ਦੀਆਂ 3 ਫਾਈਲਾਂ ਆਈਆਂ, 3 ਫਾਈਲਾਂ। ਚਲੋ ਆਪਾਂ ਬਾਅਦ ਚ ਗੱਲ ਕਰਦੇ ਹਾਂ, ਪ੍ਰੋਗਰਾਮ ਸ਼ੁਰੂ ਰੱਖੋ, ਬਾਅਦ ਚ ਗੱਲ ਕਰਦੇ ਹਾਂ। ਮੈਨੂੰ ਯਾਦ ਆ ਗਿਆ ਸੀ ਵਿੱਚ, ਗੱਲ ਲੰਬੀ ਨਹੀਂ ਕਰਦੇ, ਬਾਅਦ ਚ ਕਰਦੇ ਹਾਂ ਆਪਾਂ ਗੱਲ। ਤੁਸੀਂ ਪ੍ਰੋਗਰਾਮ ਮੰਗਾ ਲਈਏ ਪਹਿਲਾਂ, ਬਾਅਦ ਚ ਫਿਰ ਆਪਾਂ ਆਫ ਦਾ ਰੈਕਡ ਕਰ ਲਵਾਂਗੇ, ਗੱਲ ਲੰਬੀ ਨਾ ਕਰੀਏ। ਚਲੋ ਐਨੀਵੇ, ਹਾਂਜੀ ਸ਼ੁਰੂਆਤ ਰੱਖੋ ਤੁਸੀਂ, ਉਹ ਤੁਹਾਨੂੰ ਗੀਤ ਤੋਂ ਮੈਨੂੰ ਚੇਤਾ ਆ ਗਿਆ ਵੀ ਪਿਛਲੇ ਹਫ਼ਤੇ ਦੱਸਿਆ ਸੀ ਕਰਕੇ। ਚਲੋ ਬਾਅਦ ਚ ਆਪਾਂ ਡਿਸਕਸ ਕਰਦੇ ਹਾਂ, ਵਿਚਾਰ ਕਰਦੇ ਹਾਂ ਉਹਦੇ ਤੇ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਮੈਂ ਮਾਫ਼ੀ ਚਾਹਾਂ ਜੀ ਸਾਰੇ ਸਰੋਤਿਆਂ ਤੋਂ, ਮੈਂ ਕਾਟਕਾਂ ਵਗੈਰਾ ਜਿਹੜਾ ਹੈ
ਚਲੋ ਕੋਈ ਨੀ, ਇੱਦਾਂ ਤਾਂ ਹੁੰਦਾ ਨਹੀਂ ਨਾ ਕਦੇ ਕਦੇ, ਬਸ ਫੋਨ ਕਰਕੇ ਦੱਸ ਦਿਆ ਕਰੋ ਬੇਹਦ ਕਿੰਨੀ ਆਉਣਾ, ਤਾਂ ਕਿ ਝਾਕਾ ਛੱਡ ਜਾ ਕਰਨ ਉਸ ਦਿਨ, ਝਾਕਾ ਛੱਡ ਜਾ ਕਰਨ ਕਿ ਆਉਣਾ ਕਿ ਨਹੀਂ ਆਉਣਾ ਪਹਿਲੇ ਦੱਸ ਦਿਆ ਕਰੋ। ਹਾਂਜੀ ਹਾਂਜੀ ਮੇਰਾ ਛੰਦ ਤੁੰਬੇਕਾਰ ਸਾਹਿਬ ਦੀ ਮੈਂ ਆਪਣਾ ਪੇਸ਼ ਕਰ ਰਿਹਾ ਸਾਰੇ ਸਰੋਤਿਆਂ ਤੋਂ ਵਾਪਸ ਜਾਣਾ ਨੀ ਪਹਿਲਾਂ ਮੈਂ, ਤੇ ਇਹ ਹੈ ਤੁੰਬੇ ਦੀ ਤਾਲ। ਬੇਸ਼ੱਕ ਤੇਰੀ ਮੇਲੇ ਦੇ ਵਿੱਚ ਸ਼ਾਨ ਰਲਦੀ ਹੈ, ਸੁਣਦਾ ਜਾਏ ਸ਼ਕੀਨਾ ਇਹ ਗੱਲ ਪਰਦੇ ਵਾਲੀ ਹੈ, ਵਿੱਚ ਵੀ ਕਿਤੇ ਰਵਾ ਲਈ ਨਾ ਬਣਦੇ ਸਤਿਕਾਰ ਨੂੰ, ਏਦਾਂ ਰਿਵਾ ਲਿਆਉਂਦਾ ਹੈ ਤੁੰਬੇ ਦੀ ਤਾਲ ਨੂੰ। ਅਗਲਾ ਜੇ ਤੂੰ ਇਸ ਤੁੰਬੇ ਦੀ ਕਦਰ ਪਛਾਣੀ ਨਾ, ਆਪਣੇ ਆਪ ਨੂੰ ਮੇਲੇ ਦੇ ਵਿੱਚ ਆਇਆ ਜਾਣੀ ਨਾ, ਸੁਪਨੇ ਵਾਂਗ ਭੁਲਾ ਦੇ ਸੁਪਨਿਆਂ ਦੇ ਸੰਸਾਰ ਨੂੰ, ਏਦਾਂ ਰਿਹਾ ਵਜਾਉਣਾ ਜੋ ਤੁੰਬੇ ਦੀ ਤਾਰ ਨੂੰ। ਦੋਵੇਂ ਤੁਰੇ ਛੱਡ ਪੁੱਛ ਕੇ ਬੰਨਦਾ ਪੱਗਾਂ ਨੂੰ, ਚੌਂਕੀ ਮੇਰੇ ਗੁਆਂਢੀ ਲੱਗਦਾ ਲਾਈ ਲੱਗਾਂ ਨੂੰ, ਚੰਗੀ ਤਰ੍ਹਾਂ ਨਿਭਾਵੇਂ ਜਗਵਾਨਾ ਹੈ ਕਿਰਦਾਰ ਨੂੰ, ਏਦਾਂ ਰਿਹਾ ਵਜਾਉਣਾ ਜੋ ਤੁੰਬੇ ਦੀ ਤਾਰ ਨੂੰ। ਤੁੰਬੇ ਜਿਹੀ ਇਮਾਨਤ ਮਿਲਦੀ ਨਾਲ ਰਸੀਦਾਂ ਦੇ, ਬੇਕਦਰਾਂ ਨਾ ਹੋ ਜੀ ਰਲ ਕੇ ਨਾਲ ਰਕੀਬਾਂ ਦੇ, ਮਿਲਣੇ ਨਹੀਂ ਦੁਬਾਰਾ ਕਿਹੋ ਮੁੱਲ ਉਧਾਰ ਨੂੰ, ਤੂੰ ਏਦਾਂ ਰਿਹਾ ਵਜਾਉਣਾ ਜੇ ਤੁੰਬੇ ਦੀ ਤਾਰ ਨੂੰ। ਜਾਣੇ ਨਹੀਂ ਕਬੂਲੇ ਭਜਦੇ ਸੱਜਣਾ ਦੇ ਦਰ ਤੇ, ਗੁਰਬਾਰੀ ਭਾਵੇਂ ਇਸ਼ਕ ਦੇ ਕਹਿਦੇ ਪੜ ਪੜ ਕੇ ਧਰਤੇ, ਨੇ ਦਿਲ ਨੇ ਚੋਣਾ ਕੀਤੇ ਹਾਰ ਸ਼ਿੰਗਾਰ ਨੂੰ, ਏਦਾਂ ਰਿਹਾ ਵਜਾਉਣਾ ਜੇ ਤੁੰਬੇ ਦੀ ਤਾਰ ਨੂੰ। ਹੋ ਸਕੇ ਨਾ ਕਿੱਥੇ ਜੋ ਉਸਦੀ ਮਸ਼ਹੂਰੀ ਦੇ, ਸਿੰਘਾ ਦੇ ਤੁਰਦੇ ਉਹ ਬਦਲੇ ਕਸਤੂਰੀ ਦੇ, ਰਹੇ ਝੂਟੇ ਆਖਰ ਗਏ, ਏਦਾਂ ਰਿਹਾ ਵਜਾਉਂਦਾ ਜੇ ਤੁੰਬੇ ਦੀ ਤਾਰ ਨੂੰ। ਸਦਾ ਨੀ ਰਹਿਣਾ ਮੌਸਮ ਇਹ ਖਰੀਆਂ ਗੁਲਜ਼ਾਰਾਂ ਦਾ, ਪਤਝੜ ਆਜੋ ਘੋੜਾ ਲੰਘ ਕੇ ਮੁਲਕ ਬਹਾਰਾਂ ਦਾ, ਆਪਣਾ ਰੰਗ ਦਿਖਾ ਜੋ ਸਾਜਾਂ ਦੇ ਸਰਦਾਰ ਨੂੰ, ਏਦਾਂ ਰਿਹਾ ਵਜਾਉਂਦਾ ਜੇ ਤੁੰਬੇ ਦੀ ਤਾਰ ਨੂੰ। ਛੱਡ ਮਲਕਾਣਾ ਕਿਉਂਕੇ ਲਾਉਣੇ ਬਾਗ ਵਿਵਾਦਾਂ ਦੇ, ਜੇ ਮਲਕੀ ਤਰ੍ਹਾਂ ਬਣ ਸਕਿਆ ਰੇਹੜੀ ਉਸਤਾਦਾਂ ਦੇ, ਭਰਨਾ ਬੋਹਰ ਜਾਣਾ ਹੋਏ ਸੱਚੀ ਸਰਕਾਰ ਨੂੰ, ਏਦਾਂ ਰਿਹਾ ਵਜਾਉਂਦਾ ਜੇ ਤੁੰਬੇ ਦੀ ਤਾਰ ਨੂੰ, ਤੂੰ ਏਦਾਂ ਰਿਹਾ ਵਜਾਉਂਦਾ ਜੇ ਤੁੰਬੇ ਦੀ ਤਾਰ ਨੂੰ। ਧੰਨਵਾਦ। ਬਹੁਤ ਅੱਛੇ ਜੀ, ਬਹੁਤ ਅੱਛੇ ਮੁਕਾਬਲਾ, ਤਾੜੀ ਭਾਈ ਜ਼ਰੂਰ ਲਾ ਲਿਆ ਕਰੋ, ਥੋੜਾ ਕਲਾਕਾਰ ਦੀ ਹੌਸਲਾ ਅਫਸਾਈ ਵੀ ਹੋਣੀ ਚਾਹੀਦੀ ਹੈ ਨਾ। ਦਿਲ ਕੇ ਵਸਾ ਕੇ ਨੀ ਖੱਟਿਆ ਕੀ ਰੇ ਦਿਲ
बहुत अच्छे डॉक्टर साहब, बहुत अच्छे, वेरी गुड। जस्सी रामा जी मेरे ख्याल पहली बार आए हैं, बाकी भागी बंदर जी तो अगे भी आ चुके हैं, मलकाना साहब भी अगे आ चुके हैं। जस्सी जी ने हाँ जी मेरे ख्याल पहला नहीं दवाई। मेरी महबूब नूं देखो कंक दे रंग वर्गी, मेरी महबूब नूं देखो कंक दे रंग वर्गी।
ਵਾਹ ਜੀ ਵਾਹ, ਚੰਗਾ ਨਕਸ਼ਾ ਬਣਿਆ ਬਈ। ਤਸਵੀਰ ਬਣਾਤੀ ਉਹਨਾਂ ਨੇ, ਤਸਵੀਰੇ ਬਣਾਤੀ ਉਹਨਾਂ ਨੇ। ਹਾਂਜੀ ਤਸਵੀਰ ਬਣਾਤੀ। ਹਾਂਜੀ ਸਰ, ਸਰ ਅਸੀਂ ਦੂਸਰੇ ਰਾਊਂਡ ਦੇ ਵਿੱਚ ਫਿਰ ਮੈਂ ਇੱਕ ਵਾਰ ਗੁਰਬੀਰ ਸਿੰਘ ਜੀ ਦੇ ਹਵਾਲੇ ਕਰ ਰਿਹਾ ਜੋ ਆਪਣੀ ਰਚਨਾ। ਹਾਂਜੀ ਸਵਾਮੀ ਜੀ। ਹਾਂਜੀ ਸਰ, ਜਿਹੜੇ ਦਰਸ਼ਕ ਹੁਣੇ ਹੁਣੇ ਸਾਡੇ ਨਾਲ ਜੁੜੇ ਹਨ, ਅਸੀਂ ਉਹਨਾਂ ਨੂੰ ਦੱਸ ਦਈਏ ਕਿ ਅੱਜ ਦੇ ਜੋ ਰੰਗਾਰੰਗ ਪ੍ਰੋਗਰਾਮ ਹੈ ਮਹਿਫਲ ਦਾ, ਉਸ ਵਿੱਚ ਸਾਡੇ ਬਹੁਤ ਹੀ ਪਿਆਰੇ ਦੂਰੋਂ ਨੇੜੋਂ ਪਹੁੰਚੇ ਹੋਏ ਜੋ ਦੋਸਤ ਹਨ, ਉਹਨਾਂ ਨੇ ਆਪਣੀ ਇੱਕ ਵਾਰ ਹਾਜ਼ਰੀ ਲਵਾ ਦਿੱਤੀ ਹੈ। ਤੇ ਦੂਜੇ ਦੌਰ ਵਿੱਚ ਜੋ ਸਭ ਤੋਂ ਪਹਿਲਾਂ ਮੈਨੂੰ ਇਹ ਮੌਕਾ ਦਿੱਤਾ ਗਿਆ ਹੈ ਕਿ ਮੈਂ ਵੀ ਆਪਣੀ ਕੋਈ ਹੋਰ ਰਚਨਾ ਸੁਣਾਵਾਂ। ਲੋਕ ਇਹ ਕਹਿ ਮੇਰੀ ਅੱਜ ਦੇ ਇਸ ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਪਹਿਲੀ ਰਚਨਾ ਬੁਲਾਇਆ ਵੀ ਨਹੀਂ ਬੋਲਦੀ, ਤੂੰ ਪਹਿਲਾਂ ਦੱਸ ਦਿੰਦੀ, ਤੂੰ ਪਹਿਲਾਂ ਦੱਸ ਦਿੰਦੀ ਜੇ ਨਿਭਾ ਨਹੀਂ ਸਕਦੀ ਸੀ, ਕਿਉਂ ਲਾਰੇ ਲਾਉਂਦੀ ਸੀ ਜੇ ਮਿਲਣ ਆ ਨਹੀਂ ਸਕਦੀ ਸੀ, ਚੁੱਪ ਕਰਕੇ ਪਾਸਾ ਵੱਟ ਕੇ, ਚੁੱਪ ਕਰਕੇ ਪਾਸਾ ਵੱਟ ਕੇ ਲੰਘ ਜਾਵੇ ਬੋਲਦੀ, ਕਿਉਂ ਸੋਹਣੀ ਹੈ, ਕਿਉਂ ਸੋਹਣੀ ਹੈ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ। ਪਹਿਲਾਂ ਜਾਣ ਤੇ ਪਿਆਰਾ ਕਹਿੰਦੀ ਸੀ ਮੈਨੂੰ, ਪਹਿਲਾਂ ਜਾਣ ਤੋਂ ਪਿਆਰਾ ਕਹਿੰਦੀ ਸੀ, ਹੁਣ ਜਾਣ ਦਾ ਦੁਸ਼ਮਣ ਦੱਸਦੀ ਹੈ। ਲੜਦਾ ਅੱਜ ਕੱਲ ਤੂੰ ਮੇਰੇ ਬੁਰੇ ਹਾਲ ਤੇ ਹੱਸਦੀ ਹੈ, ਜਿੰਦ ਮੇਰੀ ਰਹਿੰਦੀ, ਜਿੰਦ ਮੇਰੀ ਰਹਿੰਦੀ ਪਾਰੇ ਵਾਂਗੂ ਬੋਲਦੀ, ਕਿਉਂ ਟੋਣੀ ਹੈ, ਕਿਉਂ ਟੋਣੀ ਹੈ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ। ਹਰ ਰੋਜ਼ ਤੂੰ ਮੈਨੂੰ ਲਾਰੇ ਲਾਉਣੀ ਹੈ, ਕੀ ਮਿਲਦਾ ਤੈਨੂੰ, ਕਿਉਂ ਤਰਸਾਉਣੀ ਹੈ, ਪਹੇਲੀਆਂ ਤੂੰ ਪਾਵੇ, ਦਿਲ ਵਾਲੀ ਘੁੰਡੀ ਕਿਉਂ ਨੀ ਖੋਲਦੀ, ਕਿਉਂ ਸੋਹਣੀ, ਕਿਉਂ ਸੋਹਣੀ ਹੈ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ। ਤੇਰੇ ਲਾਰਿਆਂ ਤੋਂ ਹੁਣ ਅੱਕ ਗਿਆ ਮੈਂ, ਤੇਰੇ ਲਾਰਿਆਂ ਤੋਂ ਹੁਣ ਅੱਕ ਗਿਆ ਮੈਂ, ਹਰ ਪਲ ਉਡੀਕਾਂ ਕਰਕੇ ਤੇਰੀਆਂ ਅੱਕ ਗਿਆ ਮੈਂ, ਮੇਰੇ ਅਰਮਾਨਾਂ ਨੂੰ, ਮੇਰੇ ਅਰਮਾਨਾਂ ਨੂੰ ਰਹਿੰਦੀ ਮਿੱਟੀ ਵਿੱਚ ਰੋਲਦੀ, ਕਿਉਂ ਸੋਹਣੀ ਹੈ, ਕਿਉਂ ਸੋਹਣੀ ਹੈ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ। ਤੇਰੀਆਂ ਯਾਦਾਂ ਦੇ ਸਹਾਰੇ ਦਿਨ ਕੱਟਣ ਲਈ ਮਜਬੂਰ ਹੋ ਗਿਆ, ਤੇਰੀਆਂ ਯਾਦਾਂ ਦੇ ਸਹਾਰੇ ਦਿਨ ਕੱਟਣ ਲਈ ਮਜਬੂਰ ਹੋ ਗਿਆ, ਸਭ ਨੇ ਉਹਨਾਂ ਵੀ ਤੈਨੂੰ ਦੂਰ ਹੋ ਗਿਆ। ਤੇਰੀਆਂ ਯਾਦਾਂ ਦੇ ਸਹਾਰੇ ਦਿਨ ਕੱਟਣ ਲਈ ਮਜਬੂਰ ਹੋ ਗਿਆ, ਜਿੰਨਾ ਮੇਰੇ ਆਵਾਂ ਲੱਗੇ ਉਹਨਾਂ ਵੀ ਤੈਨੂੰ ਦੂਰ ਹੋ ਗਿਆ। ਸਜ਼ਾ ਮਿਲੀ ਸਵਾਮੀ ਨੂੰ, ਸਜ਼ਾ ਮਿਲੀ ਸਵਾਮੀ ਨੂੰ, ਅੱਖ ਤੇਰੇ ਨਾਲ ਲਾਉਣ ਦੀ, ਕਿਉਂ ਸੋਹਣੀ ਹੈ, ਕਿਉਂ ਸੋਹਣੀ ਹੈ, ਹੁਣ ਤੂੰ ਬੁਲਾਇਆ ਵੀ ਨਹੀਂ ਬੋਲਦੀ, ਦੱਸ ਸੋਹਣੀ ਹੈ, ਹੁਣ ਤੂੰ ਬੁਲਾਇਆ ਕਿਉਂ ਨਹੀਂ ਬੋਲਦੀ। ਧੰਨਵਾਦ। ਬਹੁਤ ਅੱਛੇ ਸਵਾਮੀ ਜੀ, ਬਹੁਤ ਅੱਛੇ, ਵੈਰੀ ਗੁੱਡ। ਧੰਨਵਾਦ। ਹਾਂਜੀ, ਇੱਥੇ ਗੁਰਬੀਰ ਸਵਾਮੀ ਜੀ ਜਿਹਨਾਂ ਨੇ ਆਪਣੀ ਰਚਨਾ ਸਭ ਲੈਣਾ ਸਾਡੇ ਨਾਲ, ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨਾ, ਔਰ ਇਸ ਤੋਂ ਬਾਅਦ ਦੂਸਰੇ ਰਾਊਂਡ ਦੇ ਵਿੱਚ ਅਗਲਾ ਪਾਰਟੀਸਪੇਟ ਕਰਨਗੇ ਸਾਡੇ ਦੋਸਤ, ਸਾਡੇ ਮੰਚ ਦੀ ਮਹਾਨ ਸ਼ਖਸੀਅਤ ਮਨਪ੍ਰੀਤ ਮਨਸਾਣਾ ਜੀ, ਔਰ ਮੇਰਾ ਗੈਸਟ ਹੈ ਸ਼ਾਇਦ ਉਹ ਆਪਣੀ ਕੋਈ ਕੀਤੀ ਰਿਕਾਰਡਿੰਗ ਸਾਡੇ ਨਾਲ, ਸਾਡੇ ਮੰਚ ਨਾਲ, ਸਾਡੇ ਦੋਸਤਾਂ ਨਾਲ ਸਾਂਝੀ ਕਰਨਗੇ, ਮਨਪ੍ਰੀਤ ਮਨਸਾਣਾ ਜੀ। ਹਾਂਜੀ ਮਨਸਾਣਾ ਜੀ। ਹਾਂ ਸਰ, ਮੈਂ ਇੱਕ ਮਿੰਟ ਨਾਲ ਲੈ ਕੇ ਆਇਆ ਸੀ ਜੀ। ਹਾਂਜੀ, ਤੇ ਇਸ ਕਰਕੇ ਮੈਂ ਰਿਕਾਰਡ ਹੋਇਆ ਗੀਤ ਆਪਣਾ ਸੁਣਾ ਰਿਹਾ ਜੀ। ਹਾਂਜੀ 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 ਸਾਡੇ ਲਈ ਤਾਂ ਨਵਾਂ ਹੀ ਆ, ਬਹੁਤ ਲੋਕਾਂ ਲਈ ਨਵਾਂ ਹੀ ਹੋਣਾ ਫਿਰ ਵੀ ਕੋਈ ਫਰਕ ਨੀ ਪੈਂਦਾ ਉਹਦੇ ਨਾਲ।
बहुत अच्छे जी, बहुत अच्छे, वेरी गुड वेरी गुड। हाँ जी सर, एक ही साथे वो मलकीत मलकाना जी भी बहुत ही एक परिवार कृष्ण थे जिसे साली दे रिश्ते में लेके जो गीत लिखा गया और जितने के इन अभी देखने का कमाल मुखूबी चल के और कमाल के नाल नाल गांव वाले गाय गायका ने भी पूरा इंसाफ किया गीत के नाल और बहुत ही बढ़िया तरीके नाल गीत जी प्रताप सिंह जी। हेलो। हां जी सत श्री अकाल जी। सत श्री अकाल जी कंकर। हां सत श्री अकाल जी। कंकर चलदी चलनी ने ता मेनू मिलला ता मैं आउदे आपनु लेख सौदा ही लेख तो ज्यादा कॉमेडियन ज्यादा लाइक तो फेक की थी मुड़ जावे। अच्छा। हां जी प्रताप बोल रही ना। हां जी हां जी। एक मैं आउदी छोटी ही रचना ही जिले हुंदी है मैं बहुत कट लिखदा होला ही शब्द। हां जी। गरीबां अमीरां बारे लिखांगा कि फुटपाथ ते बैठे वो लोग पर बन गए कट गया जवानी बुढ़ापे बारे लिखांगा मौत बारे की लिखा जो वेखी नहीं मार के एक शेर है यार कागज की मैं लोड़ नहीं कलम की भी थोड़ नहीं कागज की कलम की मैं लोड़ नहीं कागज की भी थोड़ नहीं अंगारा नु काले ते किवें रखा काले फर जाने वेरी गुड वेरी गुड वेरी गुड बहुत अच्छे बहुत अच्छे। प्रताप सिंह भागीबंद जी जिन्होंने के बहुत ही गुड़े शब्दों के विच गागर दे विच सादर भरन वाली गल कीती है हां जी बिल्कुल बहुत बढ़िया तरीके नाल उस नु साडे नाल पेश कीता है और इस तों बाद जरा ਸਾਡੀ ਬੇਨਤੀ ਹੈ ਵੀ ਤੁਸੀਂ ਵੀ ਕੋਈ ਆਪਣੀ ਖੂਬਸੂਰਤ ਰਚਨਾ ਸਾਡੇ ਨਾਲ ਤਮਾਮ ਦਰਸ਼ਕਾਂ ਨਾਲ ਸਾਡੇ ਕੋਸ਼ਿਸ਼ ਸਾਥੀਆਂ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਅਰਜ਼ ਕਰ ਦਿੱਤੀ ਸੀ ਕਿ ਮੈਨੂੰ ਟਾਈਮ ਸਭ ਤੋਂ ਅਖੀਰ 'ਚ ਦਿਓ ਕਿਉਂਕਿ ਮੈਨੂੰ ਫਰਮਾਇਸ਼ ਆ ਚੁੱਕੀ ਕਿ ਮੈਂ ਕੋਈ ਕਹਾਣੀ ਸੁਣਾਵਾਂ ਕਦੇ ਕਦੇ ਛੋਟੀ ਮੋਟੀ ਕੋਈ ਕਹਾਣੀ ਵੀ ਸੁਣਾਇਆ ਕਰੀਏ ਅਤੇ ਮੈਂ ਇਸ ਕਰਕੇ ਆਪਣੀ ਇੱਕ ਪੁਰਾਣੀ ਕਹਾਣੀ ਕੱਢ ਕੇ ਲਿਆ ਇਹ ਮੇਰੇ ਜਿਹੜਾ ਇਸ ਸਾਲ 'ਚ ਕਹਾਣੀ ਸੰਗ੍ਰਹਿ ਛਪਣਾ ਹੈ ਛਪਣ ਦਾ ਮੈਂ ਇੰਤਜ਼ਾਮ ਕਰ ਰਿਹਾ ਮੈਂ ਉਹਨੂੰ ਟਾਈਪ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਪੁਰਾਣੀਆਂ ਕਹਾਣੀਆਂ ਨੇ ਇਹਦੇ 'ਚ ਪਹਿਲਾਂ ਮੇਰੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਨੇ ਇਹ 12 ਸਾਲਾਂ ਬਾਅਦ ਛਪਣਾ 1980 'ਚ ਪਹਿਲਾਂ ਛਪਿਆ ਸੀ ਅਤੇ 1983 'ਚ ਦੂਸਰਾ ਛਪਿਆ ਸੀ ਇਹ ਮੇਰਾ ਤੀਸਰਾ ਕਹਾਣੀ ਸੰਗ੍ਰਹਿ ਹੋਏਗਾ ਉਹਦੇ ਵਿੱਚ ਇਹ ਕਹਾਣੀ ਸ਼ਾਮਿਲ ਹੈ ਉਸ ਕਹਾਣੀ ਸੰਗ੍ਰਹਿ ਦੇ ਵਿੱਚ 8ਵੇਂ ਨੰਬਰ 'ਤੇ ਇਹ ਕਹਾਣੀ ਹੈ ਅਤੇ ਉਹ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਅਤੇ ਕਿਉਂਕਿ ਮੈਨੂੰ ਕੁਛ ਬੰਦਿਆਂ ਨੂੰ ਫਰਮਾਇਸ਼ ਆਈ ਸੀ ਕਿ ਕਹਾਣੀ ਕਦੇ ਕਦੇ ਜ਼ਰੂਰ ਸੁਣਾਇਆ ਕਰੋ ਅਤੇ ਤਾਂ ਕਿ ਥੋੜ੍ਹਾ ਜਿਹਾ ਰੰਗ ਬਦਲੀ ਜਿਹੀ ਹੋ ਜਾਏ ਜਿਸ ਤਰ੍ਹਾਂ ਆਪਾਂ ਗੋਸ਼ਟੀ ਦਾ ਵੀ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ ਨਾਲ ਵੀ ਥੋੜ੍ਹੀ ਜਿਹੀ ਰੰਗ ਬਦਲੀ ਹੋ ਜਾਂਦੀ ਹੈ
ਵਾਸਤੇ ਕਹਾਣੀ ਬਾਰੇ ਗੁਜ਼ਾਰਿਸ਼ ਆਈ ਸੀ ਅਤੇ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਪਹਿਲਾਂ ਸਾਰੇ ਸਾਥੀਆਂ ਨੂੰ ਟਾਈਮ ਦੇ ਦਿਓ ਅਤੇ ਮੈਨੂੰ ਟਾਈਮ ਫਿਰ ਅਖੀਰ 'ਚ ਦਿਓ ਅਤੇ ਹੁਣ ਤੁਸੀਂ ਭੁਗਤਾ ਦਿੱਤਾ ਸਾਰਿਆਂ ਨੂੰ ਅਜੇ ਕੋਈ ਰਹਿੰਦਾ ਅੱਛਾ ਅੱਛਾ ਚਲੋ ਠੀਕ ਹੈ ਕਿਉਂਕਿ ਇਹਨੂੰ ਕਹਾਣੀ ਨੂੰ ਫਿਰ ਪਿੱਛੇ ਕਿਉਂਕਿ ਕਹਾਣੀ ਨੂੰ 10 ਮਿੰਟ ਲੱਗ ਜਾਣੇ ਹੁੰਦੇ ਆ 400 ਹੈਗੇ ਮੈਂ ਟਾਈਪ ਨਹੀਂ ਕੀਤੀ ਹੋਈ ਅਜੇ ਇਹ ਹੁਣ ਮੈਂ ਟਾਈਪ ਕਰਨੀਆਂ ਸ਼ੁਰੂ ਕੀਤੀਆਂ ਇਹ ਕਿਤਾਬ ਸਾਰੀ ਇਹ ਹੱਥ ਲਿਖਤੇ ਹੀ ਆ ਮੇਰੀ ਪੁਰਾਣੀ ਪਈ ਆ ਸੋ ਕਈ ਵਾਰ ਪੜ੍ਹਨ ਥੋੜ੍ਹੀ ਦਿੱਕਤ ਆ ਜਾਂਦੀ ਖੈਰ ਮੈਂ ਕੋਸ਼ਿਸ਼ ਕਰਾਂਗਾ ਹਾਂਜੀ ਨਿੱਕੀ ਕਹਾਣੀ ਦੀ ਖੂਬੀ ਇਹ ਹੁੰਦੀ ਕਹਾਣੀ ਅਖੀਰ 'ਤੇ ਆ ਕੇ ਜਦੋਂ ਮੁੱਕ ਜਾਂਦੀ ਆ ਉਹ ਚਾਨਚੱਕ ਮੁੱਕ ਜਾਂਦੀ ਹੁੰਦੀ ਆ ਜਿਹੜਾ ਸੁਣਨ ਵਾਲਾ ਸਰੋਤਾ ਹੈ ਜਿਹੜਾ ਪਾਠਕ ਹੈ ਪੜ੍ਹਨ ਵਾਲਾ ਉਹ ਸੋਚਦਾ ਰਹਿ ਜਾਵੇ ਵੀ ਗਾਹ ਕੀ ਹੋਇਆ ਗਾਹ ਕੁਛ ਨਹੀਂ ਹੋਣਾ ਜੋ ਹੋਣਾ ਹੁੰਦਾ ਉਹ ਹੋ ਚੁੱਕਾ ਹੁੰਦਾ ਕਹਾਣੀ ਦੀ ਇਹ ਖੂਬੀ ਹੁੰਦੀ ਹਾਂਜੀ ਸੋ ਕਹਾਣੀ ਦਾ ਸਿਰਲੇਖ ਹੈ ਪਾਣੀ ਵਾਲਾ ਲਹੂ ਹਾਂਜੀ ਉਂਝ ਤਾਂ ਭਾਵੇਂ ਮੇਰੀ ਉਮਰ 4 ਵਰੇ ਪਹਿਲਾਂ ਹੀ 60 ਦੀ ਹੋ ਗਈ ਸੀ ਪਰ ਮੇਰੀ ਪਤਨੀ ਮੈਥੋਂ 5 ਵਰੇ ਛੋਟੀ ਹੋਣ ਕਰਕੇ ਮੇਰਾ ਵੀ ਕੈਨੇਡਾ ਦਾ ਅੰਜਲ ਢਿੱਲਾ ਪੈ ਗਿਆ ਸੀ ਜਦੋਂ ਸਾਡੀ ਦੋਹਾਂ ਦੀ ਉਮਰ ਦੀ ਸ਼ਰਤ ਪੂਰੀ ਹੋ ਗਈ ਤਾਂ ਕੈਨੇਡੀਅਨ ਅੰਬੈਸੀ ਨੇ ਸਾਨੂੰ ਵਾਰ ਵਾਰ ਦਿੱਲੀ ਦੀ ਸੈਰ ਕਰਾਉਣੀ ਸ਼ੁਰੂ ਕਰ ਦਿੱਤੀ ਅਤੇ ਪੂਰਾ 1.5 ਸਾਲ 84 ਦੇ ਚੱਕਰ ਵਿੱਚ ਪਾ ਛੱਡਿਆ ਦਿਨ ਗਿਣ ਗਿਣ ਕੇ ਮਸਾਂ ਹੀ 1.5 ਸਾਲ ਦਾ ਸਮਾਂ ਲੰਘਾਇਆ ਆਖਿਰ ਪੀਰਾਂ ਫਕੀਰਾਂ ਦੀ ਸੁੱਖਣਾ ਆ ਹੀ ਗਈ ਅਸਾਂ ਮਹਿੰਗਾ ਸਸਤਾ ਜਿਵੇਂ ਵੀ ਹੋਇਆ ਸਾਰਾ ਮਾਲ ਟਾਂਡਾ ਵੇਚ ਛੱਡਿਆ ਬੁਰੀ ਮੱਝ ਮੈਂ ਇੰਨੀ ਸਸਤੀ ਵੇਚ ਦਿੱਤੀ ਕਿ ਪੂਰਾ ਹਫ਼ਤਾ ਪੰਜਾਬ ਕੌਰ ਨੇ ਘਰ ਵਿੱਚ ਕਲੇਸ਼ ਪਾ ਛੱਡਿਆ ਮੈਂ ਬਥੇਰਾ ਸਮਝਾਇਆ ਕਿ ਭਾਗਵਾਨ ਨੇ ਇੰਨਾ ਲਾਲਚ ਦੇ ਮੂੰਹ ਨਹੀਂ ਲੱਗੀਦਾ ਆਖਿਰ ਤੇਰਾ ਪੁੱਤ ਗੁਰਮੇਰ ਕੈਨੇਡਾ ਵਿੱਚ ਲੱਖਾਂ 'ਚ ਖੇਡਦਾ ਹੈ ਪਰ ਪੰਜਾਬ ਕੌਰ ਇੱਕ ਨਾ ਸੁਣੇ ਆਖੇ ਜਾ ਕੇ ਤੇਰੇ ਪੁੱਤ ਨੂੰ ਦੱਸੂ ਸਾਰੀ ਗੱਲ ਪਈ ਕਿੱਦਾਂ ਤੇਰਾ ਪਿਓ ਸਾਰਾ ਮਾਲ ਢਾਂਡਾ ਕੌਡੀਆਂ ਦੇ ਭਾਅ ਵੇਚ ਕੇ ਆਇਆ ਹੈ ਖੈਰ ਕਾਫ਼ੀ ਸਮਝਾਉਣ ਬਝਾਉਣ ਦੇ ਬਾਅਦ ਪੰਜਾਬ ਕੌਰ ਦਾ ਪਾਰਾ ਉਤਰਿਆ ਅਤੇ ਮੈਂ ਸੁੱਖ ਦਾ ਸਾਹ ਲਿਆ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ CP Air ਦੇ ਜਿਸ ਹਵਾਈ ਜਹਾਜ਼ ਨੇ ਸਾਨੂੰ ਟੋਰਾਂਟੋ ਲਿਆਂਦਾ ਸੀ ਉਸ ਨੂੰ ਮੈਂ ਅਤੇ ਪੰਜਾਬ ਕੌਰ ਨੇ 7 ਵਾਰ ਪ੍ਰਣਾਮ ਕੀਤਾ ਸੀ ਅਤੇ ਉਸਦਾ ਪਾਇਲਟ ਸਾਨੂੰ ਕੋਈ ਸਵਰਗਾਂ ਤੋਂ ਉਤਰਿਆ ਦੇਵਤਾ ਨਜ਼ਰ ਆਉਂਦਾ ਸੀ ਏਅਰਪੋਰਟ ਤੋਂ ਬਾਹਰ ਨਿਕਲਦਿਆਂ ਜਿਉਂ ਹੀ ਅਸਾਂ 8 ਸਿਲੰਡਰੀ ਨੀਲੀ ਕਾਰ ਵਿੱਚ ਬੈਠੇ ਤਾਂ ਮੈਨੂੰ ਡਰਾਈਵਰ ਦੀ ਸੀਟ 'ਤੇ ਬੈਠਾ ਆਪਣਾ ਪੁੱਤਰ ਗੁਰਮੇਰ ਕਿਸੇ ਨਵਾਬ ਦੀ ਨਿਆਈ ਲੱਗਦਾ ਸੀ ਘਰ ਪੁੱਜਦਿਆਂ ਹੀ ਜਿਉਂ ਹੀ ਅਸੀਂ ਅੰਦਰ ਜਾਣ ਲਈ ਜੁੱਤੀਆਂ ਉਤਾਰੀਆਂ ਤਾਂ ਨਰਮ ਨਰਮ ਕਾਰਪੇਟ 'ਤੇ ਤੁਰਦਿਆਂ ਮੈਨੂੰ ਇੱਕ ਸਰੂਰ ਜਿਹਾ ਆਉਣ ਲੱਗਾ ਮੈਨੂੰ ਯਕੀਨ ਹੀ ਨਾ ਆਵੇ ਕਿ ਇਹ ਮੇਰੇ ਗੁਰਮੇਰ ਦਾ ਘਰ ਹੋ ਸਕਦਾ ਹੈ ਮੇਰੀ ਨੂੰਹ ਜੋਗਿੰਦਰ ਕੌਰ ਦਾ ਭਾਈਆ ਜੀ ਮਾਂ ਜੀ ਆਖਦੀ ਦਾ ਜਿਵੇਂ ਦਿਲ ਹੀ ਨਾ ਭਰ ਰਿਹਾ ਹੋਵੇ ਇੱਕ ਵਾਰ ਤਾਂ ਬੁੱਢੇ ਸਰੀਰਾਂ ਵਿੱਚ ਨਵੀਂ ਰੂਹ ਭਰੀ ਗਈ 3-4 ਦਿਨ ਤਾਂ ਸਾਨੂੰ ਵਿਆਹ ਵਾਂਗ ਗੁਜ਼ਰੇ ਮਿਲਣ ਗਿਲਣ ਆਉਣ ਵਾਲਿਆਂ ਦਾ ਤਲਤਾ ਵੱਜਾ ਰਿਹਾ ਦੇਖਿਆ ਕੈਨੇਡਾ ਇਵੇਂ ਤਾਂ ਨਹੀਂ ਲੋਕ ਕੈਨੇਡੇ ਪਿੱਛੇ ਚੱਲੇ ਹੋਏ ਫਿਰਦੇ ਆਹ ਤੇ ਆਹ ਇੱਥੋਂ ਦੀ ਜ਼ਿੰਦਗੀ ਪੰਜਾਬ ਕੌਰ ਦਿਹਾੜੀ ਵਿੱਚ ਕਈ ਕਈ ਵਾਰ ਇਹੋ ਫਿਕਰਾ ਦੁਹਰਾ ਜਾਂਦੀ 4th ਦਿਨ ਗੁਰਮੇਰ ਕਹਿਣ ਲੱਗਾ ਭਾਈਆ ਤੁਸੀਂ ਘਰ ਬੈਠ ਬੈਠ ਕੇ ਅੱਕ ਗਏ ਹੋ ਰਹੇ ਹੋ ਚਲੋ ਤੁਹਾਨੂੰ ਕਿਤੇ ਬਾਹਰ ਘੁਮਾ ਫੜਾ ਕੇ ਲਿਆਈਏ ਸੱਚਮੁੱਚ ਹੀ ਅਸੀਂ ਘਰ ਬੈਠੇ ਬੈਠੇ ਅੱਕ ਗਏ ਸਾਂ ਉਂਝ ਤਾਂ ਮੌਸਮ ਵੀ ਠੀਕ ਨਹੀਂ ਸੀ ਅਤੇ ਰੋਜ਼ ਹੀ ਕਿਣਵਣ ਕਿਣਵਣ ਹੁੰਦੀ ਰਹੀ ਸੀ ਅਤੇ ਉਹ ਜਿਹੇ ਵਿੱਚ ਕਿਧਰੇ ਜਾਣ ਦਾ ਮੂਡ ਵੀ ਨਹੀਂ ਬਣਦਾ ਸਿੱਚਰਵਾਲ ਦਾ ਦਿਨ ਸੀ ਜੂਨ ਦਾ ਮਹੀਨਾ ਸੀ ਬਹੁਤ ਹੀ ਨਿਖਰਿਆ ਹੋਇਆ ਦਿਨ ਸੀ ਅਸਮਾਨ ਉੱਪਰ ਕਿਤੇ ਕਿਤੇ ਇੱਕ ਬੱਦਲ ਵੀ ਨਹੀਂ ਸੀ ਨਜ਼ਰ ਆ ਰਿਹਾ ਗੁਰਮੇਰ ਸਾਨੂੰ ਬਾਹਰ ਫਾਰਮਾਂ ਵਿੱਚ ਘੁੰਮਾਉਣ ਲੈ ਗਿਆ ਲੋਕ ਕੰਮਾਂ ਕਾਰਾਂ ਵਿੱਚ ਮਗਨ ਸਨ ਪੰਜਾਬੀ ਸਰਦਾਰ ਅਤੇ ਸਰਦਾਰਨੀਆਂ ਸ਼ਾਇਦ ਸਭ ਤੋਂ ਵਧੇਰੇ ਗਿਣਤੀ ਵਿੱਚ ਸਨ ਜਿੱਧਰ ਨੂੰ ਵੀ ਨਜ਼ਰ ਮਾਰੀ ਪੱਗਾਂ ਚੁੰਨੀਆਂ ਅਤੇ ਦੁਪੱਟੇ ਹੀ ਨਜ਼ਰ ਆਏ ਦੇਖ ਲੈ ਭਾਈਆ ਕਿੱਦਾਂ ਆਪਣੇ ਪੰਜਾਬੀ ਡਾਲੇ 'ਤੇ ਡਾਲਾ ਬਣਾਈ ਜਾਂਦੇ ਆ ਗੁਰਮੇਰ ਨੇ ਸ਼ਾਇਦ ਮੈਨੂੰ ਟੋਨ ਦੇ ਅੰਦਾਜ਼ ਵਿੱਚ ਹੀ ਆਖਿਆ ਸੀ ਆਓ ਪੁੱਤਰ ਘਰ ਬਾਰ ਵੀ ਛੱਡਿਆ ਦੇਖੋ ਦੇਸੋਂ ਵਿਦੇਸ਼ ਵੀ ਆਏ ਇਹ ਲੋਕ ਡਾਲਿਆਂ ਦੀ ਖਾਤਰ ਹੀ ਤਾਂ ਆਏ ਨਾ ਇੱਥੇ ਵਿਚਾਰੇ ਮੈਂ ਐਵੇਂ ਸਹਿਸਵਾ ਹੀ ਆਖ ਦਿੱਤਾ ਸੀ ਸਾਡੀ ਤਾਂ ਹੁਣ ਉਮਰ ਹੀ ਨਹੀਂ ਰਹੀ ਨਹੀਂ ਤਾਂ ਸਾਤੋਂ ਕਿਹੜੇ ਇਹ ਖੇਤੀਪਾਤੀ ਦੇ ਕੰਮ ਭੁੱਲੇ ਹੋਏ ਨੇ ਇੱਥੇ ਤਾਂ ਭਾਈਆ ਜੀ 80-80 ਸਾਲਾਂ ਦੇ ਬੜੇ ਬੁੜੀਆਂ ਵੀ ਹੱਥੀਂ ਕੰਮ ਕਰਦੇ ਆ ਮੇਰੀ ਨੂੰਹ ਨੇ ਝਟਪਟ ਮੇਰੀ ਗੱਲ ਦਾ ਮੋੜ ਦੇ ਦਿੱਤਾ ਸੀ ਨਾ ਉੱਦਾਂ ਤਾਂ ਮੈਂ ਵੀ ਅਜੇ ਕੀ ਮੰਨਦਾ ਸਿਰਫ ਕਾਨੂੰਨੀ ਪੱਖੋਂ ਸਾਡੀ ਉਮਰ ਨਹੀਂ ਰਹੀ ਕਰਕੇ ਤਾਂ ਕਹਿੰਦਾ ਮੈਨੂੰ ਨੂੰਹ ਦੀ ਗੱਲ ਜ਼ਰਾ ਕਾਟਵੀਂ ਲੱਗੀ ਸੀ ਕਾਨੂੰਨੀ ਪੱਖ ਦੀ ਤਾਂ ਗੱਲ ਛੱਡ ਭਾਈਆ ਜੇਕਰ ਤੇਰਾ ਕੰਮ
ਕਰਨ ਨੂੰ ਦਿਲ ਕਰਦਾ ਇਹ ਤਾਂ ਦੱਸ। ਮੈਂ ਅਜੋ ਹੀ ਕਿਸੇ ਨਾਲ ਗੱਲ ਕਰ ਲੈਂਦਾ, ਇੰਜ ਲੱਗਦਾ ਸੀ ਜਿਵੇਂ ਕਿ ਮੇਰੇ ਨੂੰਹ ਪੁੱਤ ਨੇ ਪਹਿਲਾਂ ਹੀ ਸਾਰਾ ਮਤਾ ਪਕਾਇਆ ਹੋਇਆ ਹੋਵੇ। ਦਿਲ ਨੂੰ ਕੀ ਹੋਇਆ, ਜੇਕਰ ਕਿਤੇ ਨੋ ਅੜਦਾ ਹੈ ਤਾਂ ਗੱਲ ਕਰ ਲੈ, ਮੇਰੀ ਪਤਨੀ ਨੇ ਮੋਹ ਨਾਲ ਆਖਿਆ ਸੀ। ਅਸੀਂ ਚਾਰ ਪੈਸੇ ਕਮਾ ਕੇ ਲਿਆਵਾਂਗੇ ਤੇ ਮੈਂ ਇੰਡੀਆ ਵਿੱਚ ਲਿਆ ਆਪਣੇ ਪੋਤੇ ਪੋਤੀ ਲਈ ਕਦੇ ਕਦਾਈ ਕੁੱਝ ਨਾ ਕੁੱਝ ਭੇਜ ਸਕਿਆ ਕਰਾਂਗੀ। ਇਹ ਸੁਣਦਿਆਂ ਹੀ ਮੇਰੀ ਨੂੰਹ ਦਾ ਮੱਥਾ ਤਿਊੜੀਆਂ ਨਾਲ ਭਰ ਗਿਆ ਸੀ। ਉਦੋਂ ਮੈਂ ਉਸਦੇ ਅਜਿਹੇ ਰੋਣ ਨੂੰ ਇੰਨਾ ਗੰਭੀਰਤਾ ਨਾਲ ਨਹੀਂ ਸੀ ਲਿਆ, ਪਰ ਕੰਮ ਕਰਨ ਦਾ ਮਨ ਅਸਾਂ ਬਣਾ ਲਿਆ ਸੀ। ਆਪਣੇ ਪੰਜਾਬੀ ਬੰਦਿਆਂ ਦਾ ਹੀ ਫਾਰਮ ਸੀ, ਅਸਾਂ ਅਗਲੇ ਦਿਨ ਤੋਂ ਕੰਮ ਤੇ ਆਉਣ ਲਈ ਹਾਂ ਕਰ ਦਿੱਤੀ। ਅਸੀਂ ਰੋਜ਼ ਦੇ $40-50 ਬਣਾਉਣ ਲੱਗੇ। ਅਗਲੇ ਹਫ਼ਤੇ ਸਾਡਾ ਡੇਰਾ ਥੱਲੇ ਬੇਸਮੈਂਟ ਵਿੱਚ ਲਵਾ ਦਿੱਤਾ ਗਿਆ। ਰੋਟੀ ਪਾਣੀ ਤੇ ਕਿਰਾਏ ਦੇ ਪੈਸੇ ਅਸੀਂ ਹਰ ਹਫ਼ਤੇ ਗਿਣ ਕੇ ਦੇਣ ਲੱਗੇ। ਨੂੰਹ ਪੁੱਤ ਬੜੇ ਖੁਸ਼ ਰਿਹਾ ਕਰਨ। 2 ਮਹੀਨੇ ਕੰਮ ਚੰਗਾ ਚੱਲਿਆ, ਫਿਰ ਪੰਜਾਬ ਕੌਰ ਮੰਜੇ ਤੇ ਪੈ ਗਈ ਬਿਮਾਰੀ ਨਾਲ। ਉਸਦੀ ਟਹਿਲ ਸੇਵਾ ਘਟਦੀ ਗਈ। ਥੋੜੇ ਦਿਨ ਬਾਅਦ ਮੈਨੂੰ ਵੀ ਕੰਮ ਤੋਂ ਛੁੱਟੀ ਦਾ ਨੋਟਿਸ ਮਿਲ ਗਿਆ। ਇਹ ਲੌਂਗ ਵੀਕਐਂਡ ਸੀ। ਇਹ ਵੀ ਹੋ ਗਿਆ, ਮੈਂ ਦੂਜਾ ਡਾਇਲ ਕਰਦਾ। ਇਹ ਤੁਹਾਡਾ ਕੰਮ ਹੁਣੇ ਹੋਣਾ ਸੀਗਾ। 'ਤੇ ਆ ਗਈ ਕੰਮ ਹੋਇਆ ਆਪਣਾ ਹੁਣ ਮੈਨੂੰ ਪਤਾ ਨਹੀਂ ਬਈ ਕਿੱਥੇ ਸੀਗੇ ਆਪਾਂ ਜਦੋਂ ਤੁਹਾਡਾ ਕੱਟਿਆ ਜਦੋਂ ਕਹਿੰਦਾ ਭਾਈਆ ਜਦੋਂ ਬਿਮਾਰ ਹੋਈ ਆ ਉੱਥੇ ਤੱਕ ਤੁਸੀਂ ਸੁਣ ਲਈ ਹੈ ਨਾ। ਜਦੋਂ ਮੈਂ ਕਿਹਾ ਪੰਜਾਬ ਕੋਲ ਬਿਮਾਰ ਹੋ ਕੇ ਮੰਜੇ ਤੇ ਪੈ ਗਏ, ਉੱਥੇ ਤੱਕ ਤੁਸੀਂ ਸੁਣ ਲਈ ਮੇਰਾ ਗੱਲ, ਹੈਨਾ? ਉੱਥੇ ਤੱਕ ਸੁਣ ਲਈ ਹੈ ਨਾ? ਹਾਂਜੀ, ਪੰਜਾਬ ਕੋਲ ਮੰਜੇ ਤੇ ਪੈ ਗਈ ਬਿਮਾਰੀ ਨਾਲ, ਇੱਥੇ ਤੱਕ ਮੇਰਾ ਗੱਲ, ਇੱਥੇ ਆ ਕੇ ਕੱਟਿਆ। ਉਸਦੀ ਟਹਿਲ ਸੇਵਾ ਘਟਦੀ ਗਈ। ਥੋੜੇ ਦਿਨ ਬਾਅਦ ਮੈਨੂੰ ਵੀ ਕੰਮ ਤੋਂ ਛੁੱਟੀ ਦਾ ਨੋਟਿਸ ਮਿਲ ਗਿਆ। ਇਹ ਲੌਂਗ ਵੀਕਐਂਡ ਸੀ, ਅੱਜ ਮੇਰਾ ਕੰਮ ਤੇ ਆਖਰੀ ਦਿਨ ਸੀ। ਜਦ ਮੈਂ ਸ਼ਾਮ ਨੂੰ ਘਰ ਮੁੜਿਆ ਤਾਂ ਪੰਜਾਬ ਕੌਰ ਧਾਹਾਂ ਮਾਰ ਕੇ ਰੋ ਪਈ। ਉਸਨੂੰ ਕਾਫੀ ਬੁਖਾਰ ਸੀ, ਉਸਨੂੰ ਕੱਲੀ ਨੂੰ ਘਰ ਛੱਡ ਕੇ ਸਭ ਕਿਧਰੇ ਤੁਰਨ ਫਿਰਨ ਚਲੇ ਗਏ ਸਨ। ਬਸ ਰੋਈ ਹੀ ਜਾਵੇ, ਦੱਸੇ ਕੁਝ ਵੀ ਨਾ। ਮੇਰੇ 100 ਵਾਰ ਪੁੱਛਣ ਤੇ ਬੋਲੀ, ਆਪਾਂ ਨੂੰ ਛੇਤੀ ਕਿਰਾਏ ਜੋਗੇ ਪੈਸੇ ਜੋੜ ਕੇ ਇੰਡੀਆ ਜਾਣ ਦੀ ਤਿਆਰੀ ਕਰਨੀ ਚਾਹੀਦੀ ਹੈ। ਕਿਉਂ, ਉੱਥੇ ਕੀ ਹੋ ਗਿਆ ਹੈ? ਮੈਂ ਪੁੱਛਿਆ। ਹੋਇਆ ਉੱਥੇ ਨਹੀਂ, ਸਗੋਂ ਇੱਥੇ ਆ। ਦੇਖਦਾ ਨਹੀਂ ਗੁਰਮੇਰ ਵੱਲ? ਬੇਗਾਨੀ ਧੀ ਨੂੰ ਤਾਂ ਮੈਂ ਕੋਈ ਦੋਸ਼ ਵੀ ਨਹੀਂ ਦਿੰਦੀ, ਪਰ ਗੁਰਮੇਰ ਤਾਂ ਆਪਣਾ ਹੀ ਲਹੂ ਆ। ਘਗਿਆਈ ਹੋਈ ਆਵਾਜ਼ ਨਾਲ ਪੰਜਾਬ ਕੌਰ ਨੇ ਮਸਾਂ ਹੀ ਗੱਲ ਮੁਕਾਈ। ਹਾਂ, ਉਹ ਤਾਂ ਆਪਣਾ ਹੀ ਲਹੂ ਹੈ, ਮੈਂ ਵੀ ਪੰਜਾਬ ਕੌਰ ਦੀ ਹਾਂ ਵਿੱਚ ਹਾਂ ਮਿਲਾਈ, ਪਰ ਆਪਣਾ ਲਹੂ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਇਸ ਲਹੂ ਵਿੱਚ ਇੱਥੇ ਆ ਕੇ ਪਾਣੀ ਰਲ ਗਿਆ ਆ। ਇਹ ਪਾਣੀ ਵਾਲਾ ਲਹੂ ਫਿਕਰਾ ਪੂਰਾ ਕਰਨ ਤੋਂ ਪਹਿਲਾਂ ਪੰਜਾਬ ਕੌਰ ਧਾਹਾਂ ਮਾਰ ਮਾਰ ਕੇ ਰੋ ਪਈ। ਥੈਂਕ ਯੂ ਜੀ। ਮੈਂ ਕਹਾਣੀ ਮੁੱਕਣੇ ਆਈ ਸੀ, ਉੱਥੇ ਆ ਕੇ ਆਪਣਾ ਕਨੈਕਸ਼ਨ ਕੱਟਿਆ। ਸੋ ਐਨੀਵੇ, ਚਲੋ ਕੋਈ ਨੀ। ਅੱਛਾ, ਹੁਣ ਤੁਹਾਡੇ ਕਿਸੇ ਜੇ ਕਹਾਣੀ ਤਾਂ ਆਪਾਂ ਪੜ੍ਹ ਦਿੱਤੀ ਆ, ਤੁਹਾਡੇ ਹੁਣ ਕੋਈ ਸਾਥੀ ਜੇ ਰਹਿ ਗਿਆ ਤਾਂ ਉਹਨੂੰ ਟਾਈਮ ਦੇ ਸਕਦੇ ਆ ਤੇ। ਹਾਂਜੀ ਬਿਲਕੁਲ।
ਅੱਛਾ ਅੱਛਾ ਚਲੋ ਇਹ ਵੀ ਠੀਕ ਹੈ। ਉਹ ਸਾਂਝਾ ਕਰੋ ਮੇਰੇ ਉੱਤੇ ਕਵਿਤਾ ਵੀ ਲਿਖ ਦਿਓ ਬਾਅਦ ਚ। ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅੱਛਾ ਲੋਕ ਗਾਇਕਾਂ ਤੋਂ ਮੇਰੀ ਕੋਈ ਕਵਿਤਾ ਤੇ ਕੋਈ ਗੀਤ ਗਾਉਣਾ ਹੋਣਾ ਉਹਨੂੰ ਪਤਾ ਹੋਣ ਅਮੈਰੀਕਾ ਤੋਂ ਆਇਆ ਬੰਦਾ ਇਹਨੂੰ ਘੇਰ ਲਾ ਹੁਣ ਗੀਤ ਗਾ ਦਿਓ ਇੱਕ ਅੱਛਾ ਅੱਛਾ ਪਤਾ ਗੋਰੇ ਗੋਰੇ ਹਾਰੀਆਂ ਤਾਂ ਕਵੀਆਂ ਨੂੰ ਲੱਭਦੀਆਂ ਹੁੰਦੀਆਂ ਉਹਨਾਂ ਨੂੰ ਪਤਾ ਉਹਨਾਂ ਨੂੰ ਤਾਂ ਗੀਤ ਚਾਹੀਦਾ ਹੀ ਹੁੰਦਾ ਨਾ ਤਾਂ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਹਾਂਜੀ ਸੰਦੇਸ਼ ਆਪਣਾ ਇਹੀ ਆ ਕਿ ਆਪਣਾ ਕੰਪੀਟੀਸ਼ਨ ਦਾ ਐਂਡ ਆ ਗਿਆ ਤੇ ਤੁਸੀਂ ਤਿੰਨ ਜਿਹੜੀਆਂ ਮੈਨੂੰ ਭੇਜੀਆਂ ਉਹਦੇ ਬਾਰੇ ਆਪਾਂ ਬਾਅਦ ਚ ਵਿਚਾਰ ਵਟਾਂਦਾ ਕਰਦੇ ਹਾਂ ਤੇ ਵੰਗੀ ਸਾਹਿਬ ਨੇ ਵੀ ਥੋੜੀ ਜਿਹੀ ਠੀਕ ਕਰਨੀ ਹੈ। ਸੋ ਤਿੰਨ ਤੁਸੀਂ ਭੇਜੀਆਂ ਤੇ ਇੱਕ ਉਹਨਾਂ ਦੀ ਚਾਰ ਇਹ ਪਾ ਕੇ ਤੇ ਚਾਰ ਉੱਥੇ ਆਲਰੇਡੀ ਲੱਗ ਚੁੱਕੀਆਂ ਤੇ ਅੱਠ ਹੋ ਜਾਣਗੀਆਂ ਇਹ ਤੇ ਪੰਜ ਜਿਹੜੀਆਂ ਆ ਉਹ ਟ੍ਰੇਲ ਬਲੇਜ਼ਰ ਚ ਲੱਗ ਚੁੱਕੀਆਂ ਆਲਰੇਡੀ ਐਤਕੀ ਟ੍ਰੇਲ ਬਲੇਜ਼ਰ ਦੀ ਵੀ ਤੁਸੀਂ ਕਸਰ ਕੱਢ ਦਿੱਤੀ ਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣਾ ਉਹ ਸਾਈਟ ਬਣ ਜਾਣਾ ਤੇ ਉਹ ਬਾਅਦ ਚ ਆਪਾਂ ਗੱਲ ਕਰਦੇ ਹਾਂ ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਬਹੁਤ ਹੀ ਜਲਦੀ ਅਸੀਂ ਆਪਣੇ ਪ੍ਰੋਗਰਾਮ ਦੀ ਅਨਾਊਂਸਮੈਂਟ ਕਰਾਂਗੇ ਕਿ ਕਦੋਂ ਅਸੀਂ ਉਹ ਫੰਕਸ਼ਨ ਕਰ ਰਹੇ ਹਾਂ ਤੇ ਉਹਦੇ ਬਾਰੇ ਤੁਸੀਂ ਇੰਤਜ਼ਾਰ ਕਰੋ। ਇੱਕ ਦੋ ਹਫ਼ਤਿਆਂ 'ਚ ਅਸੀਂ ਉਹ ਤਰੀਕ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਕਦੋਂ ਕਰ ਰਹੇ ਹਾਂ ਅਤੇ ਉਸ ਤੋਂ ਪਹਿਲਾਂ ਸਾਨੂੰ ਜੱਜਾਂ ਦੀ ਅਪੁਆਇੰਟਮੈਂਟ ਕਰਨੀ ਪੈਣੀ ਹੈ ਅਤੇ ਹਫ਼ਤਾ 10 ਦਿਨ ਉਹ ਵੀ ਕੰਮ ਚੱਲੂਗਾ। ਮਤਲਬ ਬਹੁਤ ਜਲਦੀ ਜੂਨ ਦੇ ਮਹੀਨੇ ਦੇ ਵਿੱਚ ਅਸੀਂ ਮੇਰਾ ਖਿਆਲ ਸਾਰਾ ਕੁਛ ਇਹ ਫਾਈਨਲ ਕਰ ਦਿਆਂਗੇ ਅਤੇ ਕਿਉਂਕਿ ਵਾਰ ਵਾਰ ਲੋਕ ਪੁੱਛਦੇ ਨੇ ਉਹਦੀ ਇੰਤਜ਼ਾਰ ਹੈਗੀ ਹੈ ਕਾਫ਼ੀ ਲੋਕਾਂ ਨੂੰ ਅਤੇ ਖਾਸ ਕਰਕੇ ਜਿਹਨਾਂ ਨੇ ਕਵਿਤਾ ਜਾਂ ਗੀਤ ਗਾਇਆ ਹੋਇਆ ਉਹ ਵੀ ਪੁੱਛਦੇ ਨੇ ਉਹਨਾਂ ਦੇ ਬਜਾਇ ਪੁੱਛਣਾ ਬਾਕੀ ਲੋਕ ਦੂਜੇ ਲੋਕ ਵੀ ਪੁੱਛਦੇ ਨੇ। ਸੋ ਉਸ ਕਰਕੇ ਮੈਂ ਹੁਣ ਉਹਨਾਂ ਨੂੰ ਬੇਨਤੀ ਕਰਦੇ ਹਾਂ ਇਹਨਾਂ ਸਾਰੇ ਲੋਕਾਂ ਨੂੰ ਲਿਖਣ ਗਾਉਣ ਵਾਲਿਆਂ ਨੂੰ ਵੀ ਅਤੇ ਜਿਹੜੇ ਇੰਤਜ਼ਾਰ ਕਰ ਰਹੇ ਉਹਨਾਂ ਨੂੰ ਵੀ ਕਿ ਬਹੁਤ ਹੀ ਜਲਦੀ ਅਸੀਂ ਤੁਹਾਡੀ ਇਹ ਫਰਮਾਇਸ਼ ਪੂਰੀ ਕਰਨ ਵਾਲੇ ਹਾਂ। ਸੋ ਇਸ ਮਹੀਨੇ ਆ ਜਿਹੜਾ ਮਹੀਨਾ ਉਹ ਚੜ੍ਹ ਗਿਆ ਤੁਹਾਡੇ 'ਤੇ ਜੂਨ ਚੜ੍ਹ ਗਿਆ ਸਾਡੇ ਕੱਲ੍ਹ ਚੜ੍ਹ ਜਾਣਾ ਅਤੇ ਜੂਨ ਦੇ ਵਿੱਚ ਇਹ ਕੰਮ ਸਾਰਾ ਆਪਣਾ ਸਿਰੇ ਲੱਗ ਜੂਗਾ। ਸੋ ਉਹਦੇ ਬਾਰੇ ਹੁਣ ਫਿਕਰ ਨਾ ਕਰੋ ਤੁਸੀਂ ਅਤੇ ਇੰਨੇ ਕਹਿੰਦੇ ਹੋਏ ਅਸੀਂ ਅੱਜ ਤੁਹਾਡੇ ਕੋਲੋਂ ਹੁਣ ਇਜਾਜ਼ਤ ਮੰਗਦੇ ਹਾਂ। ਅਗਲੇ ਹਫ਼ਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਅਤੇ ਅਗਲੇ ਹਫ਼ਤੇ ਤੱਕ ਸਾਨੂੰ ਆਗਿਆ ਦਿਓ। ਉਦੋਂ ਤੱਕ ਰੱਬ ਰਾਖਾ। ਥੈਂਕ ਯੂ।
ਸਕਦਾ।